ਧੰਨ ਗੁਰੂ ਨਾਨਕ ਵਾਹਿਗੁਰੂ। ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝੀ ਪਾਸ, ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧੇ ਅੱਗੇ ਤੂੰ ਮੇਰੋ ਮੇਰ ਪਰਬਤ ਸੁਆਮੀ, ਉਠ ਗਈ ਮੈਂ ਤੇਰੀ ਨਾ ਤੁਮ ਡੋਲੋ ਰੱਖ ਲੀਨੀ ਹਲੇ ਜਨਮ ਮਰਨ ਦੂ ਮੈਂ ਜਨ ਪਰ ਉਪਕਾਰੀ
ਜੀ ਦਾਨ ਦੇ ਭਗਤੀ ਲਾਨਾ ਜੀ ਦਾਨ ਦੇ ਭਗਤੀ ਹਰ ਸਿਉਂ ਹਰ ਸਿਉਂ ਲੈਣ ਭਵ ਜਲ ਤਾਰਨ ਪਰਮ ਸਰਕਾਰ ਗੁਰੂ ਬਾਬਾ ਜੀ ਦੀ ਪਿਆਰੀ ਸਾਧ ਸੰਗਤ, ਇਸ ਤੋਂ ਵੱਡੇ ਭਾਗ ਹੋਰ ਕੀ ਹੋਣਗੇ, ਇਸ ਤੋਂ ਵੱਡੀ ਅਮੀਰੀ ਕੀ ਹੋਏਗੀ, ਜਿਹੜੇ ਤੁਸੀਂ ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਸਤਿਗੁਰਾਂ ਦੇ ਤੇ ਮਹਾਂਪੁਰਖਾਂ ਦੀ ਹਾਜ਼ਰੀ ਵਿੱਚ ਬੈਠੇ ਹੋ। ਮਹਾਂਪੁਰਖਾਂ ਤੋਂ ਆਪ ਜੀ ਸਰਵਣ ਕਰ ਰਹੇ ਸੋ ਮਹਾਰਾਜ ਦੇ ਘਰ ਦੀਆਂ ਗੁਰਮਤਿ ਵਿਚਾਰਾਂ, ਬਾਬਾ ਜੀ ਦੇ ਪਿਆਰ ਵਾਲੀਆਂ ਗੱਲਾਂ ਸਾਖੀਆਂ। ਆਓ ਮਹਾਰਾਜ ਜੀ ਕੀ ਕਹਿੰਦੇ ਆ, ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ, ਸਭ ਤੇ ਉੱਤੇ ਜਾਣੀਐ ਨਾਨਕ ਨਾਮ ਪਿਆ। ਆਓ ਸਾਰੇ ਹਾਜ਼ਰੀ ਲਵਾਓ, ਫਿਰ ਜਿਵੇਂ ਮੇਰੇ ਮਾਲਕ ਦਾ ਹੁਕਮ ਹੋਏਗਾ, ਕਿਉਂਕਿ ਜਿਵੇਂ ਸਤਿਗੁਰ ਜੀ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ। ਮਹਾਂਪੁਰਖਾਂ ਦੀ ਜੀਵਨ ਬਾਰੇ ਕੋਈ ਕੀ ਕਹਿ ਸਕਦਾ, ਕੋਈ ਕੀ ਜਾਣ ਸਕਦਾ, ਬਸ ਇਹੀ ਹੈ, ਕਹਿ ਬੈ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ। ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ, ਸਾਰੇ ਸੇਵਾਦਾਰ ਜਿਨ੍ਹਾਂ ਨੇ ਦਾਸ ਤੇ ਕਿਰਪਾ ਕੀਤੀ, ਆਪ ਜੀ ਦੇ ਚਰਨ ਝਾੜਨ ਦਾ ਸਮਾਂ ਬਖਸ਼ਿਸ਼ ਕੀਤਾ, ਤੇ ਸਾਰੇ ਇਕਰਾਂ ਪਿਆਰ ਨਾਲ ਸੀਸ ਦਿਓ, ਸਾਰੇ ਹੱਥ ਜੋੜੋ, ਪਹਿਲਾਂ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪਣੇ ਸਾਰੇ ਬੱਚਿਆਂ ਨੂੰ ਸੰਗਤ ਸੰਗਤ ਵਿੱਚ ਰੱਬ ਵਸਦਾ, ਮਹਾਂਪੁਰਖ ਬੈਠੇ ਹਨ ਸੱਚੇ ਪਾਤਸ਼ਾਹ ਦੇ ਪਿਆਰੇ, ਸਾਰੇ ਅਸੀਸ ਦਿਓ। ਕੁਝ ਨਹੀਂ ਆਉਂਦਾ, ਕੁਝ ਨਹੀਂ, ਨਾ ਸੁਰ ਨਾ ਲੈ ਨਾ ਤਾਲ, ਸਭ ਮੇਰੇ ਬਾਬੇ ਨਾਨਕ ਦਾ, ਜਿਵੇਂ ਆਉਂਦੇ ਉਹਦੇ ਹੱਥ ਚਾਬੀ ਲੈ। ਆਪ ਜੀ ਸੀਸ ਦਿਓ, ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਸਾਰੇ ਬੋਲਣ ਦਾ ਵੀ ਯਤਨ ਕਰਨ। ਸੰਤ ਸਹਾਈ ਜੀ ਕੇ ਭਵ ਜਲ ਤਾਰਨ, ਸੰਤ ਸਹਾਈ ਜੀ ਕੇ ਭਵ ਜਲ ਤਾਰਨ, ਸੰਤ ਸਹਾਈ ਜੀ
ਕੇ ਪਵ ਚਲਤਾ ਸੰਤ ਸਹਾਈ ਜੀ ਕੇ ਪਵ ਚਲਤਾ ਪਵ ਚਲਤਾ ਪਵ ਚਲਤਾਰਨ ਪਵ ਚਲਤਾਰਨ ਹਾਰ ਪਵ ਚਲਤਾਰਨ ਹਾਰ ਪਵ ਚਲਤਾਰਨ ਹਾਰ ਪਵ ਚਲਤਾਰਨ ਸੰਤ ਸਹਾਈ ਜੀ ਕੇ ਪਵ ਚਲਤਾ ਸੰਤ ਸਹਾਈ ਜੀ ਕੇ ਪਵ ਚਲਤਾ ਪਵ ਜਲ ਤਾਰਨ ਪਵ ਜਲ ਤਾਰਨ ਪਵ ਜਲ ਤਾਰਨ ਹਾਰ ਪਵ ਜਲ ਤਾਰਨ ਹਾਰ
ਸੰਤ ਸੁਹਾਈ ਦੀ ਕੇ ਪਗਤਲ ਤਾਰਨਹਾਰ, 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 ਸੰਤ ਸੁਹਾਈ ਸਾਰੀ ਸੰਗਤ ਸੰਤ ਪਵਿੱਤਰ ਤਾਰਨਹਾਰ, ਪਵਿੱਤਰ ਤਾਰਨਹਾਰ, ਪਵਿੱਤਰ ਤਾਰਨਹਾਰ, ਪਵਿੱਤਰ ਤਾਰਨਹਾਰ, ਤਾਰਨਹਾਰ, ਪਵਿੱਤਰ ਤਾਰਨਹਾਰ, ਤਾਰਨਹਾਰ, ਪਵਿੱਤਰ ਤਾਰਨਹਾਰ, ਸਾਧੂ ਹੁੰਦੇ ਨੇ ਸੁਹਾਈ ਸਦਾ ਦੀਵਾਰੇ, ਪਵਿੱਤਰ ਤਾਰਨਹਾਰ, ਸਾਧੂ ਹੁੰਦੇ ਨੇ ਸੁਹਾਈ ਸਦਾ ਦੀਵਾਰ, ਪਵਿੱਤਰ ਭਵ ਜਲ ਤਾਰ ਦਿੰਦੇ ਨੇ, ਬੋਲੋ ਭੈਣੋ ਸਾਧੂ ਹੁੰਦੇ ਆ
ਮਹਾਂਪੁਰਖ ਰੱਬ ਦੇ ਪਿਆਰੇ ਜਿਨ੍ਹਾਂ ਦੀ ਮਿੱਠੀ ਨਿੱਘੀ ਯਾਦ ਦੇ ਵਿੱਚ ਆਪ ਜੀ ਬੈਠੇ ਬੈਠੇ ਆਪ ਜੀ ਮਹਾਂਪੁਰਖਾਂ ਦੇ ਸੰਗੀ ਹੋ ਸੰਗ ਕਰਨ ਵਾਲੇ। ਦੁਨੀਆ ਭਰੀ ਪਈ ਹੈ ਮਹਾਂਪੁਰਖਾਂ ਦੀ, ਨਿੰਦਿਆ ਕਰਨ ਵਾਲੇ ਵੀ ਬਹੁਤ ਨੇ, ਉਸਤਤ ਕਰਨ ਵਾਲੇ ਵੀ ਬਹੁਤ। ਹਾਂ, ਜੇ ਕਿਤੇ ਪਤਾ ਲੱਗ ਜਾਏ ਕਿ ਰੱਬ ਦਾ ਭੇਜਿਆ ਹੋਇਆ ਮਹਾਂਪੁਰਖ, ਉਹਦੇ ਪ੍ਰਤੀ ਮੇਰੇ ਗੁਰੂ ਗਰੀਬ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੀ ਹੈ, ਬਹੁਤ ਵਾਰੀ ਸੁਣਿਆ ਹੋਏਗਾ, ਪਰ ਜਦੋਂ ਕਿਤੇ ਨਿੰਦਿਆ ਰੂਪੀ ਬੱਦਲ ਚੜ੍ਹਦੇ ਨੇ, ਫਿਰ ਸਤਸੰਗ ਕਰਨ ਵਾਲੇ ਵੀ ਕਈ ਪਿੱਛੇ ਹਟ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਤੁਹਾਨੂੰ ਪੱਕਿਆਂ ਕਰਨ ਵਾਸਤੇ ਮਹਾਂਪੁਰਖਾਂ ਸਮਾਗਮ ਰੱਖਦੇ, ਮਹਾਂਪੁਰਖਾਂ ਦੀ ਯਾਦ ਵਿੱਚ ਕੋਈ ਗੁਰਪੁਰਬ ਨੂੰ ਸੰਬੰਧ, ਕੋਈ ਮੱਸਿਆ ਸੰਗਰਾਂਦ, ਤੇ ਅੱਜ ਮੱਸਿਆ ਦਾ ਦਿਹਾੜਾ। ਤੁਹਾਨੂੰ ਪਤਾ ਹੈ ਇਹ ਰਾਤ ਕਾਲੀ ਹੈ, ਹਨੇਰੇ ਨਾਲ ਭਰੀ ਹੈ, ਤੇ ਚਾਨਣ ਉਦੋਂ ਹੁੰਦਾ ਹੈ, ਕੁਝ ਦਿਨ ਪੈਂਦੇ ਨੇ ਜਦੋਂ ਪੂਰਨਮਾਸ਼ੀ ਦਾ ਚੰਦਰਮਾ ਚੜ੍ਹਦਾ। ਜੀਵਨ ਵਿੱਚ ਹਨੇਰਾ ਹੈ, ਜੇ ਸਤਿਪੁਰਸ਼ਾਂ ਦਾ ਪੁੱਛੀਏ ਨਾ ਗੁਰੂ ਸਾਹਿਬ ਨੂੰ, ਮਹਾਰਾਜ ਜੀ ਸਾਡੇ ਜੀਵਨ ਵਿੱਚ ਹਨੇਰਾ ਬਹੁਤ ਹੈ, ਸਾਡੇ ਜੀਵਨ ਵਿੱਚ ਬੜੀ ਤੰਗੀ ਹੈ, ਰਾਤਾਂ ਵੀ ਦੁੱਖ ਭਰੀਆਂ ਹਨ, ਦਿਨ ਵੀ ਦੁੱਖ ਭਰੇ ਲੰਘਦੇ ਹਨ, ਮਿੰਟ ਸਕਿੰਟ ਸਾਡਾ ਬੜਾ ਹੀ ਖਰਾਬ ਲੰਘ ਰਿਹਾ। ਤੇ ਸੱਚੇ ਪਾਤਸ਼ਾਹ ਨੂੰ ਪੁੱਛੀਏ ਗਰੀਬ ਨਵਾਜ ਕੀ ਇਹਦਾ ਹੱਲ ਕਰੀਏ, ਸੱਚੇ ਪਾਤਸ਼ਾਹ ਕਹਿਣਗੇ ਹੱਲ ਕੀ ਕਰਨਾ, ਤੂੰ ਮੇਰੇ ਸਾਜੇ ਨਵਾਜੇ ਨਾਮ ਜਪਣ ਵਾਲਿਆਂ ਕੋਲ ਜਾ, ਜਿਨ੍ਹਾਂ ਦੀ ਰੋਜ਼ ਮੈਥੋਂ ਦਾਤ ਮੰਗਦਾ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਨਾਮ ਚੇਤਾ, ਉਹਨਾਂ ਕੋਲ ਜਾ, ਉਹਨਾਂ ਕੋਲ ਜਾ। ਮਹਾਰਾਜ ਜੀਵਨ ਬਹੁਤ ਵਿਗੜ ਚੁੱਕਿਆ, ਤੇ ਮਹਾਰਾਜ ਕਹਿੰਦੇ ਆ ਨਾ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਜਮਾਤ ਵਿੱਚ ਬਹਿ ਮਹਾਂਪੁਰਖਾਂ ਦੇ। ਤੇ ਸੱਚੇ ਪਾਤਸ਼ਾਹ ਨੂੰ ਪੁੱਛੀਏ ਮਹਾਰਾਜ ਜੀ ਮਹਾਂਪੁਰਖ ਕਿੰਨੀ ਕੁ ਤਾਕਤ ਰੱਖਦੇ ਨੇ, ਕੀ ਨੇ ਮਹਾਂਪੁਰਖ, ਤੇ ਮਹਾਰਾਜ ਕਹਿੰਦੇ ਕੀ ਪੁੱਛਦੇ ਹੋ, ਕੀ ਨੇ ਮਹਾਂਪੁਰਖ, ਜਿਨ੍ਹਾਂ ਨਾ ਵਿਸਰੇ ਨਾਮ ਸੇਖ ਨੇਹਿਆ ਭੇਦ ਨਾ ਜਾਣੋ ਮੂਲ, ਉਹ ਮੇਰਾ ਰੂਪ ਨੇ, ਉਹਨਾਂ ਦੇ ਕੋਲ ਜਾ, ਉਹਨਾਂ ਦੀ ਸੰਗਤ ਕਰ, ਤੇਰੀਆਂ ਰਾਤਾਂ ਤੇਰੇ ਦਿਨ ਸਫਲੇ ਹੋ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਆ ਸਾਨੂੰ ਪੱਕਿਆਂ ਕਰਨ ਵਾਸਤੇ ਮਹਾਂਪੁਰਖ ਸਮਾਗਮ ਰਚਦੇ, ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਆਪਣੇ ਮੁਰਸ਼ਦ ਦੀ, ਆਪਣੇ ਮਾਲਕ ਦੀ ਇੱਕ ਇੱਕ ਗੱਲ ਨੂੰ ਉਹਨਾਂ ਦੇ ਬਚਨ ਤੇ ਫੁੱਲ ਚੜਾਏ। ਤੇ ਯਾਦ ਰੱਖੋ, ਮਹਾਂਪੁਰਖ ਦੀ ਸੰਗਤ ਮਿਲ ਜਾਏ, ਰੱਬ ਦੀ ਹਜ਼ੂਰੀ ਹੋਵੇ, ਤੇ ਸਾਡੀ ਬੇੜੀ ਦੇ ਮਲਾ ਮਹਾਂਪੁਰਖ ਬਣ ਜਾਣ, ਫਿਰ ਸੰਤ ਸਹਾਈ ਜੀ ਕੇ ਜੀ ਦੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ, ਮਹਾਂਪੁਰਖ ਵੀ ਇਸ ਤਰ੍ਹਾਂ ਰੱਖਿਆ ਕਰ। ਪਰ ਮਹਾਰਾਜ ਮੇਰਾ ਕੋਈ ਹੱਲ ਕਰੋ, ਮੇਰਾ ਜੀਵਨ ਵਿਗੜ ਚੁੱਕਿਆ, ਮੇਰਾ ਜੀਵਨ ਬਰਬਾਦ ਹੋ ਚੁੱਕਿਆ, ਮੈਂ ਕੀ ਕਰਾਂ। ਤੇ ਫਿਰ ਮਹਾਰਾਜ ਜੀ ਕੀ ਕਹਿੰਦੇ, ਕਰ ਸੰਗਤ ਮਹਾਂਪੁਰਖਾਂ ਦੀ, ਜੀਵਨ ਸਫਲ ਬਣਾ ਲੈ ਤੂੰ, ਕਰ ਸੰਗਤ ਮਹਾਂਪੁਰਖਾਂ ਦੀ, ਜੀਵਨ ਸਫਲ ਬਣਾ ਲੈ ਤੂੰ,
जीवन सफल बना ले सफल बना ले कर संगत महापुरखा दी जीवन सफल बना ले संगत महापुरखा दी जीवन सफल बना ले कर संगत महापुरखा दी जीवन सफल बना ले ਮਹਾਰਾਜ ਜੀ ਕਹਿਣਗੇ ਸੰਗਤ ਵਿੱਚ ਜਾ ਉਹਨਾਂ ਦੀ ਸੰਗਤ ਕਰ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ ਮਹਾਰਾਜ ਕਹਿੰਦੇ ਜਦੋਂ ਤੂੰ ਦਰਸ਼ਨ ਕਰ ਲਏ ਐਸੇ ਮਹਾਂਪੁਰਖਾਂ ਦੇ ਤੇਰੀਆਂ ਭਾਈ ਜੀ ਰਾਤਾਂ ਵੀ ਸਫਲੀਆਂ ਤੇ ਤੇਰੇ ਦਿਨ ਵੀ ਸਫਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹਨਾਂ ਚਿਰ ਹੀ ਮੰਦੀਆਂ ਨੇ ਘੜੀਆਂ ਜਿੰਨਾ ਚਿਰ ਤੈਨੂੰ ਕਿਸੇ ਰੱਬ ਦੇ ਪਿਆਰੇ ਦਾ ਸੰਗ ਨਹੀਂ ਹੁੰਦਾ ਜਦ ਤੈਨੂੰ ਹੋ ਗਿਆ ਸੰਗ ਤੇ ਉਹ ਫਿਰ ਆਪਣਾ ਰੰਗ ਬਖਸ਼ਿਸ਼ ਕਰ ਦਿੰਦਾ ਪਰ ਰਮੀ ਸਤਿਵਚ ਨਹੀਂ ਬਣਦੀ ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖ ਬੜੀਆਂ ਜੁਗਤੀਆਂ ਹੁੰਦੀਆਂ ਮਹਾਂਪੁਰਖਾਂ ਬਹੁਤ ਜੁਗਤੀਆਂ ਹੁੰਦੀਆਂ ਬਹੁਤ ਜੁਗਤੀਆਂ ਤੂੰ ਇਹਨਾਂ ਦੀ ਸੰਗਤ ਵਿੱਚ ਆ ਪਰ ਗੱਲ ਇਹ ਹੈ ਵੀ ਪਹਿਲੀ ਸ਼ਰਤ ਇਹ ਹੈ ਭਾਈ ਕਿ ਤੈਨੂੰ ਸਤਿਵਚ ਨਹੀਂ ਹੋਣਾ ਪਏਗਾ ਤੈਨੂੰ ਸਤਿਵਚ ਨਹੀਂ ਹੋਣਾ ਪਏਗਾ ਤੂੰ ਤਰ ਜਾਏਗਾ ਤੇਰਾ ਪਾਰ ਉਤਾਰਾ ਹੋ ਜਾਏਗਾ ਭਾਈ ਪਰ ਤੂੰ ਸਾਡਾ ਬਚਨ ਯਾਦ ਰੱਖੀ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਬਚਨ ਕਮਾਉਣਾ ਪਏਗਾ ਮਹਾਂਪੁਰਖਾਂ ਦੇ ਕੋਈ ਦੋ ਸੇਵਾ ਦਰਸ਼ਨ ਮਹਾਂਪੁਰਖਾਂ ਦੇ ਇੱਕ ਨਵਾਂ ਸੀ ਇੱਕ ਪੁਰਾਣਾ ਮਹਾਂਪੁਰਖ ਇਸ ਤਰ੍ਹਾਂ ਆਪਣੇ ਆਸਣ ਤੇ ਬੈਠੇ ਤੇ ਨਵੇਂ ਸੇਵਾਦਾਰ ਨੂੰ ਕਹਿਣ ਲੱਗੇ ਐ ਹੱਥ ਮਾਰ ਕੇ ਸੀਸ ਤੇ ਐ ਪਿੱਠ ਪਲੋਸੀ ਕਹਿੰਦੇ ਭਾਈ ਤੇਰੇ ਤੁਸੀਂ ਬਹੁਤ ਖੁਸ਼ ਹਾਂ ਉਹ ਨਿਰੰਕਾਰ ਵੀ ਤੇਰੇ ਤੇ ਬਹੁਤ ਖੁਸ਼ ਹੈ
ਤੂੰ ਜੋ ਮੰਗੇਗਾ ਤੈਨੂੰ ਉਹੀ ਮਿਲ ਜਾਏਗਾ। ਤੇਰੇ ਤਾਂ ਅਸੀਂ ਬਹੁਤ ਖੁਸ਼ ਹਾਂ। ਉਹ ਜਿਹੜਾ ਮੇਰੇ ਵਰਗਾ ਪੁਰਾਣਾ ਸੀ ਉਹ ਸੜ ਕੇ ਕੋਲੇ ਹੋ ਗਿਆ, ਮੱਚ ਗਿਆ। ਬਾਬਾ ਜੀ ਮੈਨੂੰ ਕਿੰਨਾ ਸਮਾਂ ਹੋ ਗਿਆ ਤੁਹਾਡੇ ਕੋਲ ਰਹਿੰਦਿਆਂ, ਸਾਨੂੰ ਪਤਾ 20-25 ਸਾਲ ਹੋ ਗਏ ਮੈਨੂੰ ਤੁਹਾਡੇ ਕੋਲ ਰਹਿੰਦਿਆਂ, ਇਹ ਹਜੇ ਕੱਲ ਆਇਆ ਤੇ ਇਹਦੇ ਤੇ ਤੁਸੀਂ ਰੀਝ ਗਏ। ਇਹਨੂੰ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਖੁਸ਼ ਹੈ, ਸਾਡੇ ਤੋਂ ਜੋ ਮਰਜ਼ੀ ਮੰਗ ਲੈ। ਮਹਾਰਾਜ ਤੁਸੀਂ ਇੰਨੀ ਈਰਖਾ ਕਰਦੇ, ਤੁਸੀਂ ਇਹ ਨਹੀਂ ਵੇਖਿਆ ਮੈਂ ਇੰਨਾ ਪੁਰਾਣਾ ਤੁਹਾਡੇ ਕੋਲ ਰਹਿੰਦਾ, ਮੈਂ ਹਰ ਦਮ ਤੁਹਾਡੇ ਕੋਲ ਬੈਠਾ ਰਹਿਣਾ, ਹਰ ਦਮ ਤੁਹਾਡੇ ਨਾਲ ਰਹਿਣਾ, ਤੁਹਾਡੇ ਕੋਲ ਬੈਠਾ ਰਹਿਣਾ। ਮਾਂ ਪੁਰਖ ਹੱਸੇ ਤੇ ਮੁਸਕਰਾਏ, ਆਖਣ ਲੱਗੇ ਭਾਵੇਂ ਤੂੰ 20-25-22 ਸਾਲ ਜਿੰਨਾ ਮਰਜ਼ੀ ਪੁਰਾਣਾ ਹੋਵੇ ਗੁਰਮੁਖਾ, ਇਹ ਨਵਾਂ ਆਇਆ, ਇਹਨੇ ਨਵੇਂ ਨੇ ਸਾਡੇ ਬਚਨਾਂ ਤੇ ਪਹਿਰਾ ਦਿੱਤਾ, ਤੂੰ ਪੁਰਾਣਾ ਹੋ ਕੇ ਸਾਡੇ ਕੋਲ ਹੀ ਬੈਠਾ ਰਿਹਾ ਪਰ ਸਾਡੇ ਬਚਨਾਂ ਦੇ ਕੋਲ ਨਹੀਂ ਬੈਠਾ। ਆਖੋ ਸਤਨਾਮ। ਜਿਹੜਾ ਬਚਨ ਦਾ ਅਧਿਕਾਰੀ ਹੈ ਤਾਂ ਜਿਹੜਾ ਅਧਿਕਾਰੀ ਹੋਏਗਾ ਬਚਨ ਮੰਨੇਗਾ, ਜਿਹੜਾ ਬਚਨ ਮੰਨੇਗਾ ਜਿੰਨੇ ਅਧਿਕਾਰ ਮਹਾਂਪੁਰਖਾਂ ਕੋਲ ਮਹਾਂਪੁਰਖਾਂ ਨੂੰ ਦੇ ਦੇਣਗੇ। ਕਹਿੰਦੇ ਭਾਈ ਤੂੰ 20-25 ਸਾਲ ਸਰੀਰ ਕੋਲ ਹੀ ਬੈਠਾ ਰਹੇ ਤਾਂ ਮਿੱਟੀ ਹੈ, 50 ਕਿੱਲੇ ਕਿਸੇ ਜੱਟ ਜ਼ਿਮੀਂਦਾਰ ਕੋਲ ਜ਼ਮੀਨ ਹੋਵੇ ਤੇ 50 ਕਿੱਲਿਆਂ 'ਚ ਬੀਜੇ ਕੁੱਖ ਵੀ ਨਾ ਤੇ ਕੀ ਉੱਗੇਗਾ, ਉਹ ਤਾਂ ਗਰੀਬ ਦਾ ਗਰੀਬ ਹੀ। ਜ਼ਮੀਨ ਤੋਂ ਉਹਨੇ ਲਾਹਾ ਤਾਂ ਨਾ ਲਿਆ, ਮਹਾਂਪੁਰਖਾਂ ਕੋਲ ਆ ਕੇ ਰਹਿਣ ਲੱਗ ਗਏ, ਪ੍ਰਸ਼ਾਦੇ ਛਕ ਲਏ, ਸੌ ਗਏ, ਬਸ ਘੁੰਮ ਫਿਰ ਲਿਆ, ਪਰ ਸਰੀਰ ਤੋਂ ਲਾਹਾ ਤਾਂ ਨਾ ਲਿਆ। ਮਹਾਂਪੁਰਖ ਕੋਲ ਰਹੀਏ ਤੇ ਉਹਦੇ ਕੋਲ ਲਾਹਾ ਲਈਏ, ਮਹਾਂਪੁਰਖਾਂ ਕੋਲ ਰਹੀਏ ਤੇ ਉਹਨਾਂ ਤੋਂ ਜੁਗਤੀਆਂ ਪੁੱਛੀਏ, ਉਹਨਾਂ ਨੂੰ ਆਖੀਏ ਮਹਾਰਾਜ ਤੁਸੀਂ ਕਿਰਪਾ ਕਰੋ ਸਾਡਾ ਜਨਮ ਮਰਨ ਕੱਟ ਦਿਓ, ਮੁੜ ਕੇ ਨਾ ਆਈਏ, ਜੇ ਆਈਏ ਤੇ ਜਦੋਂ ਆਓ ਸਾਨੂੰ ਨਾਲ ਲੈ ਕੇ ਆਏ, ਜਦੋਂ ਆਈਏ ਤੁਹਾਡੇ ਸੇਵਕ ਬਣ ਕੇ ਆਈਏ ਤੇ ਤੁਹਾਡਾ ਹੁਕਮ ਵਜਾਈਏ। ਮਹਾਂਪੁਰਖ ਕਹਿਣ ਲੱਗੇ ਭਾਈ ਇਹ ਸਾਡੇ ਸਰੀਰ ਕੋਲ ਨਹੀਂ ਬੈਠਾ, ਇਹ ਸਾਡੇ ਬਚਨਾਂ ਦੇ ਕੋਲ ਵੀ ਬੈਠਾ, ਇਹਨੇ ਸਾਡੇ ਬਚਨਾਂ ਤੇ ਵੀ ਫੁੱਲ ਚੜਾਏ ਆ, ਪਰ ਤੈਨੂੰ ਜੋ ਜੋ ਅਸੀਂ ਬਚਨ ਕਹਿੰਦੇ ਰਹੇ ਤੂੰ ਸਾਡਾ ਬਚਨ ਇੱਕ ਨਹੀਂ ਮੰਨਿਆ, ਤੇ ਤਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਮਹਾਂਪੁਰਖ ਕੋਲ ਸਾਰੀ ਜ਼ਿੰਦਗੀ ਭਾਈ ਕੱਟ ਦਿਓ ਜੇ ਉਹਦਾ ਤੁਸੀਂ ਬਚਨ ਨਹੀਂ ਨਾ ਮੰਨਿਆ। ਹਾਂ ਇੱਕ ਗੱਲ ਹੋਰ ਯਾਦ ਰੱਖੋ, ਮਹਾਂਪੁਰਖ ਬੈਠੇ ਮੈਂ ਕੀ ਆਪ ਜੀ ਨੂੰ ਵਿਚਾਰ ਦੱਸ ਸਕਦਾ, ਪਰ ਜਿਵੇਂ ਬੁਲਾਉਣਗੇ ਠੀਕ ਹੈ। ਪਰ ਇੱਕ ਗੱਲ ਯਾਦ ਰੱਖੀ, ਜੇ ਤੂੰ ਸੇਵਾ ਕਰਦਾ ਤੇ ਕਦੀ ਮਹਾਂਪੁਰਖ ਨੂੰ ਮਤ ਨਾ ਦੇਵੀਂ। ਆਖੋ ਸਤਨਾਮ। ਕਦੀ ਮਹਾਂਪੁਰਖ ਨੂੰ ਮਤ ਨਾ ਦੇਵੀਂ, ਬਾਬਾ ਜੀ ਆਪਾਂ ਆਉਣਾ ਕਰ ਲਈਏ, ਨਾ ਨਾ ਨਾ, ਜਿਵੇਂ ਤੈਨੂੰ ਤੇਰਾ ਮਾਲਕ ਕਹਿੰਦਾ ਉਵੇਂ ਚੱਲੀ, ਤੇ ਭਾਈ ਜੀ ਜਿੰਨੀਆਂ ਮਰਜ਼ੀ ਖੁਸ਼ੀਆਂ ਬਾਬਾ ਜੀ ਕਹਿੰਦੇ ਹੁੰਦੇ ਸਨ ਲਈ ਜਾਓ, ਜਿਉਂ ਜਿਉਂ ਮਹਾਂਪੁਰਖ ਕਹੀ ਜਾਂਦੇ ਕਰੀ ਜਾਓ, ਤੇ ਜਿਸ ਦਿਨ ਤੁਸੀਂ ਉਹਨਾਂ ਦੀ ਗੱਲ ਨੂੰ ਕੱਟਿਆ, ਆਖਿਆ ਨਹੀਂ ਬਾਬਾ ਜੀ ਇਹ ਕੰਮ ਠੀਕ ਨਹੀਂ ਆਪਾਂ ਇਉਂ ਕਰ ਲਈਏ, ਸਮਝ ਲਓ ਉਸ ਦਿਨ ਤੋਂ ਤੇਰੇ ਨੰਬਰ ਦਰਗਾਹ ਚੋਂ ਕੱਟੇਗਾ, ਲਾਹਾ ਨਹੀਂ ਲੈ ਸਕਦਾ। ਉਹ ਜੀਵਨ ਬਣਾਉਣ ਆਇਆ ਤੂੰ ਉਹਨਾਂ ਤੋਂ ਉਹਨਾਂ ਦੇ ਜੀਵਨ ਚੋਂ ਉਹ ਕਿਣਕਾ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਤੂੰ ਤਾਂ ਆਪ ਹੀ ਕੁਝ ਬਣ ਕੇ ਬਹਿ ਗਿਆ। ਤਾਂ ਮਹਾਰਾਜ ਕਹਿੰਦੇ ਆ ਵੀ ਜਦੋਂ ਦੇ ਦਰਸ਼ਨ ਭੇਟੇ ਮਹਾਂਪੁਰਖਾਂ ਦੇ, ਭਲੇ ਦਿਨ ਉਦੋਂ ਆਉਣਗੇ ਜਦੋਂ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਬਚਨਾਂ ਤੇ ਪਹਿਰਾ ਦੇਗਾ, ਰੱਬ ਤੇਰਾ ਲੇਖਾ ਜੋਖਾ ਨਹੀਂ ਕਰੇਗਾ, ਸਾਚੀ ਦਰਗਹਿ ਪੁੱਛ ਨਾ ਹੋਏ, ਪੁੱਛ ਗਿੱਛ ਨਹੀਂ ਹੋਏਗੀ।
ਤੂੰ ਸਾਧੂ ਦਾ ਸੰਗ ਕੀਤਾ ਤੇ ਫਿਰ ਮਹਾਰਾਜ ਕਹਿੰਦੇ ਨੇ ਸੰਗ ਹੀ ਨਹੀਂ ਕੀਤਾ, ਇਹਨੇ ਬਚਨ ਵੀ ਕਮਾਇਆ ਹੈ। ਜੋ ਜੋ ਰੱਬ ਜੀ ਨੇ ਕਿਹਾ ਸੀ ਵੀ ਸੰਤ ਹੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ। ਆ ਮੇਰੇ ਤੋਂ ਪਹਿਲਾਂ ਮਹਾਂਪੁਰਖ ਦੱਸ ਰਹੇ ਸਨ, ਜੀਵਨ ਬਦਲ ਗਿਆ ਜਦੋਂ ਦੀ ਸੰਗਤ ਮਹਾਂਪੁਰਖਾਂ ਦੀ ਹੋਈ। ਕਿਵੇਂ ਪਿਆਰ ਨਾਲ ਕਹਿ ਰਹੇ ਸਨ ਸਾਡੇ ਜੀਵਨ ਦਾ ਤੇ ਸਾਡੇ ਬਾਪੂ ਜੀ ਛੰਨਾ ਵਾਲੇ ਮਾਂ। ਹਾਂ ਬਈ, ਇੱਕ ਤੇ ਭਰੋਸਾ ਹੋਵੇ, ਇੱਕ ਤੇ ਭਰੋਸਾ ਹੋਵੇ ਕੀਦਾ ਬਣ ਜਾਏ, ਨਹੀਂ ਤਾਂ ਕਈਆਂ ਦੀ ਸਾਰੀ ਉਮਰ ਬਾਬੇ ਬਦਲਦੇ ਨਿਕਲ ਜਾਂਦੀ। ਆਖੋ ਸਤ ਸਾਤਾਂ ਸ੍ਰੀ ਤੇ ਮਾਰੇ ਕਹਿੰਦੇ ਜਿਨ੍ਹਾਂ ਦੀ ਬਾਬੇ ਬਦਲਦੇ ਸੰਤ ਬਦਲਦੇ, ਇਹ ਸੰਤ ਨੀ ਚੰਗਾ। ਪਤਾ ਕਿਉਂ ਨੀ ਚੰਗਾ ਲੱਗਦਾ? ਜੀਵਨ ਕਿਉਂ ਨੀ ਬਣਦਾ? ਦਿਨ ਤੇ ਰਾਤਾਂ ਕਿਉਂ ਨੀ ਸਫਲ ਹੁੰਦੀਆਂ? ਸਾਨੂੰ ਸੰਤ ਉਹ ਚਾਹੀਦਾ ਜਿਹੜਾ ਕਵੇ 9 ਵਜੇ ਤੱਕ ਸੁੱਤੇ ਰਹੋ, ਖਾਓ ਪੀਓ ਐਸ਼ ਕਰੋ, ਕੋਈ ਗੱਲ ਨੀ, ਮੰਦਾ ਬੋਲੋ ਚੰਗਾ ਖਾਓ ਕੋਈ ਗੱਲ ਨੀ, ਮਰਿਆਦਾ ਦੀ ਕੀ ਗੱਲ ਹੈ, ਤੁਸੀਂ ਬਸ ਜਿਵੇਂ ਮਰਜ਼ੀ ਜਾਓ। ਜਦੋਂ ਅਸੀਂ ਇਹੋ ਜਿਹੇ ਕੋਲ ਹਾਂ ਤੇ ਉਹੋ ਜਿਹਾ ਜੀਵਨ ਸਾਡਾ ਬਣ ਹੀ ਨਹੀਂ ਸਕਦਾ। ਜਦੋਂ ਕਿਤੇ ਅਸੀਂ ਐਸੇ ਸਤਪੁਰਸ਼ਾਂ ਕੋਲ ਰਹਿੰਦੇ ਹਾਂ ਤੇ ਜਿਹੜੇ ਜੀਵਨ ਵਾਲੇ ਮਹਾਂਪੁਰਖ ਫਿਰ ਉਹ ਤਾੜ ਕੇ ਰੱਖਦੇ, ਤਾੜ ਕੇ ਤਾੜਨਾ ਕਰਕੇ ਰੱਖਦੇ, ਢਿੱਲਾ ਨਹੀਂ ਛੱਡਦੇ। ਤੇ ਜਿਹੜਾ ਮੇਰੇ ਵਰਗਾ ਹੁੰਦਾ ਹੈ ਉਹ ਫਿਰ ਇੱਕ ਦਿਨ ਤਾੜਨਾ ਕੀਤੀ, 4 ਦਿਨ ਤਾਂ ਲੱਤਾਂ ਘੁੱਟਦਾ ਰਹਿੰਦਾ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਆਪ ਜੀ ਸੰਗਤ ਕਰ ਰਹੇ ਹੋ ਮਹਾਂਪੁਰਖਾਂ ਦੀ, ਮਹਾਂਪੁਰਖ ਕਿੱਡੀ ਉੱਤਮ ਉੱਤਮ ਚੀਜ਼ ਹੈ ਸਾਡੇ ਵਾਸਤੇ। ਸਾਨੂੰ ਮੌਕਾ ਦਿੱਤਾ ਪਰਮੇਸ਼ਰ ਨੇ, ਇਹ ਲਾਹਾ ਤੇਰੇ ਵਾਸਤੇ, ਫਾਟਕ ਖੜਾ ਲਾ ਦਰਗਾਹ ਦੇ, ਜੇ ਖੜਾ ਸਕਦਾ ਤੇਰੇ ਵਾਸਤੇ, ਤੈਨੂੰ ਏਡਾ ਵੱਡਾ ਮਹਾਂਪੁਰਖ ਦਿੱਤਾ ਕੋਈ ਜੀਵਨ ਬਣਾ ਲਾ। ਜਿਸ ਦਿਨ 4 ਦਿਨ ਲੱਤਾਂ ਘੁੱਟਦਾ ਰਿਹਾ, ਚਰਨ ਘੁੱਟਦਾ ਰਿਹਾ, ਬੜੀ ਜੀ 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 ਮਹਾਰਾਜ ਮਹਾਰਾਜ, ਜਦੋਂ ਹੋ ਗਈ ਤਾੜਨਾ, ਇਹ ਬਾਬਾ ਨਹੀਂ ਚੰਗਾ। ਜਦੋਂ ਮਹਾਂਪੁਰਖਾਂ ਨੇ ਝਿੜਕਤਾ, ਇਹ ਸਾਧੂ ਚੰਗਾ ਹੈ। ਭਾਈ ਜੀ, ਚੰਗਾ ਹੀ ਉਹ ਹੈ ਜਿਹੜਾ ਤੇਰੀ ਤਾੜਨਾ ਕਰੇਗਾ, ਜਿਹੜੇ ਤੇਰੇ ਔਗਣਾਂ ਨੂੰ ਵੇਖ ਕੇ ਤੈਨੂੰ ਤਾੜਨਾ ਕਰੇਗਾ, ਤੈਨੂੰ ਸਮਝਾਏਗਾ, ਤੇਰੀ ਪੜ੍ਹਾਈ ਕਰਾਏਗਾ। ਸਮਝ, ਜਿਹੜਾ ਸਾਧੂ ਤੈਨੂੰ ਤਾੜਨਾ ਕਰ ਰਿਹਾ, ਇਹੀ ਤੇਰੇ ਜੀਵਨ ਦਾ ਉਧਾਰ ਦਾ। ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਸੀ, ਤਾੜਨਾ ਨਹੀਂ ਤਾਰਨਾ ਹੁੰਦਾ। ਮਹਾਂਪੁਰਖ ਤਾੜਨਾ ਨਹੀਂ ਕਰਦੇ, ਤਾਰਦੇ ਨੇ। ਤਾਂ ਮਾਰੇ ਕਹਿੰਦੇ ਤੇਰਾ ਜੀਵਨ ਤਾਂ ਸਫਲ ਬਣੇਗਾ, ਤੂੰ ਪਾਰ ਤਾਂ ਹੋ ਸਕਦਾ ਹੈ ਸਾਗਰ ਤਰਿਆ ਸਾਧੂ ਸੰਗੇ, ਤੂੰ ਸਾਗਰ ਤਾਂ ਤਰ ਸਕਦਾ ਭੈ ਰੂਪੀ ਸਾਗਰ, ਤੇਰਾ ਜੀਵਨ ਤਾਂ ਬਣ ਸਕਦਾ ਜੇ ਤੂੰ ਇਹਨਾਂ ਦੇ ਬਚਨਾਂ ਤੇ ਪਹਿਰਾ ਦੇਂਦਾ ਤੇ ਸੇਵਕ ਬਣ ਕੇ ਰਹੀ, ਆਪਣੇ ਸੰਤ ਦਾ ਗੁਰੂ ਬਣਨ ਦੀ ਕੋਸ਼ਿਸ਼ ਨਾ ਕਰੀ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਉੱਠਾ ਜਾਏ, ਇਹੋ ਜਿਹੀ ਕਿਤੇ ਭੁੱਲ ਨਾ ਕਰ, ਇਹਨਾਂ ਤੋਂ ਲਾਹਾ ਲੈ। ਬਸ ਜੇ ਇਸ ਤਰ੍ਹਾਂ ਦਾ ਜੀਵਨ ਰੱਖੇਗਾ ਤੇ ਉਹ ਦਿਨ ਦੂਰ ਨਹੀਂ ਫਿਰ। ਰਾਮ ਕਬੀਰਾ ਇੱਕ ਭਏ ਹੈ ਕੋਏ ਨਾ ਸਕੇ। ਹਾਂ, ਰਾੜੇ ਵਾਲੇ ਮਹਾਂਪੁਰਖਾਂ ਨੇ ਸੰਗਤ ਕੀਤੀ ਨਾ, ਬਾਬਾ ਆਦਮ ਸਿੰਘ ਰੇਰੂ ਸਾਹਿਬ ਵਾਲੇ, ਉਹਨਾਂ ਦਾ ਰੂਪ ਬਣ ਗਿਆ। ਛੰਨਾ ਵਾਲੇ ਮਹਾਂਪੁਰਖਾਂ ਦੀ ਸੇਵਾ ਜਿਹਨਾਂ ਜਿਹਨਾਂ ਨੇ ਸਤਿਪੁਰਸ਼ਾਂ ਨੇ ਕੀਤੀ, ਘਾਲਣਾ ਘਾਲੀ, ਉਹਨਾਂ ਦਾ ਰੂਪ ਬਣ ਗਿਆ। ਇੱਥੇ ਮਹਾਂਪੁਰਖ ਕਹਿ ਦੇਣ, ਭਾਈ ਆ ਇੱਕ ਘੰਟਾ ਦੇਗੀ ਵਰਤਾਉਣੀ ਹੈ ਤੇ ਬੜਾ ਔਖਾ ਹੋ ਜਾਂਦਾ ਕਈਆਂ। ਮੈਂ ਉਹਨਾਂ ਦੀ ਗੱਲ ਕਰਦਾ ਜਿੱਥੇ ਅੱਖਾਂ ਨਾਲ ਅਸੀਂ ਵੇਖਿਆ, ਪਰ ਮੈਂ ਮਹਾਂਪੁਰਖਾਂ ਤੋਂ ਮਾਫ਼ੀ ਮੰਗਦਾ। ਇਹਨਾਂ ਦੇ ਸੇਵਾਦਾਰ ਦੱਸ ਰਹੇ ਸਨ, ਮਹਾਂਪੁਰਖਾਂ ਦੇ ਬਚਨ ਵਿੱਚ ਲੰਗਰਾਂ ਦੀ ਸੇਵਾ ਕੀਤੀ, ਜਿੱਥੇ ਜਿੱਥੇ ਲਾਇਆ ਉੱਥੇ ਡਟ ਕੇ ਪਹਿਰਾ ਦਿੱਤਾ। ਤੇ ਅੱਜ ਤੁਹਾਨੂੰ ਵੀ ਤਾਰ ਰਹੇ ਹਨ, ਆਪ ਵੀ ਜੁਗਤੀਆਂ ਉਹਨਾਂ ਤੋਂ ਲਈਆਂ, ਅੱਜ ਤੁਹਾਡੇ ਵਿੱਚ ਵੀ ਵੰਡ ਰਹੇ ਹਨ। ਇਸ ਤਰੀਕੇ ਨਾਲ ਜਦੋਂ ਮਹਾਂਪੁਰਖਾਂ ਦੀ ਚਰਨ ਸ਼ਰਨ ਵਿੱਚ ਰਹਾਂਗੇ, ਉਹਨਾਂ ਦਾ ਬਚਨ ਕਮਾਵਾਂਗੇ, ਤੇ ਮਹਾਰਾਜ ਕਹਿੰਦੇ ਬਚਨਾਂ ਕੋਲ ਰਹਿ, ਬਚਨਾਂ ਕੋਲ, ਜਦੋਂ ਬਚਨਾਂ ਕੋਲ ਰਹੇਗਾ
ਤੇ ਬਾਬਾ ਨੰਦ ਸਿੰਘ ਮਹਾਰਾਜ ਕਹਿੰਦੇ ਸੀ ਬਚਨ ਮੰਨੋ ਤੇ ਡਿਊਟੀ ਕਰੋ, ਜੇ ਤੁਹਾਡਾ ਬਹੁਤਾ ਨਿਤਨੇਮ ਨਹੀਂ ਵੀ ਹੈ ਤੇ 108 ਮਣਕਿਆਂ ਦੀ ਮਾਲਾ ਚੋਂ ਇੱਕ ਮਣਕਾ ਅਸੀਂ ਭਿੰਗਮਾ ਸੇਵਾਦਾਰਾਂ ਦਾ ਵੀ ਸਿੱਟ ਦਿਆਂਗੇ, ਆਖੋ ਸਤਨਾਮ, ਤੇ ਮਹਾਂਪੁਰਖਾਂ ਦੀ ਸੰਗਤ ਕਰ ਤੇ ਜੀਵਨ ਤੇਰਾ ਸਫਲ ਹੋ ਜਾਏ। ਪੜ੍ਹ ਰਹੇ ਸਨ ਮਹਾਂਪੁਰਖ ਧਾਰਨਾ, ਆਓ ਫਿਰ ਤਾਂ ਭਲੇ ਹੀ ਭਲੇ ਦਿਨ ਭਲੇ ਦਿਨ ਜੇ ਤੂੰ ਮਹਾਂਪੁਰਖਾਂ ਦੇ ਬਚਨਾਂ ਤੇ ਪਹਿਰਾ ਦੇਣਾ। ਤੂੰ ਗੁਰੂ ਨੂੰ ਪੁੱਛਿਆ ਨਾ ਮਹਾਂਪੁਰਖ ਕੀ ਹਨ, ਤੇ ਮਹਾਰਾਜ ਕਹਿੰਦੇ ਨੇ ਉਹ ਮੇਰਾ ਹੀ ਰੂਪ ਹਨ, ਆਖੋ ਸਤਨਾਮ, ਤੇ ਤੂੰ ਉਹਦੇ ਰੂਪ ਕੋਲ ਰਹਿ ਕੇ ਸੇਵਾ ਕਮਾ ਤੇ ਫਿਰ ਉਹ ਦਿਨ ਦੂਰ ਨੀ, ਰੰਗ ਭਾਗ ਲੱਗ ਜਾਣਗੇ। ਬਚਨਾਂ ਤੇ ਪਹਿਰਾ ਦੇ, ਤੇਰੀ ਗਰੀਬੀ ਕੱਟੀ ਜਾਏਗੀ। ਜੇ ਤਾਂ ਵਿਅੰਗਮ ਰੂਪ ਵਿੱਚ ਕੋਲ ਰਹਿਣਾ ਤੇ ਬਚਨਾਂ ਤੇ ਪਹਿਰਾ ਦੇ, ਪਰਮਾਰਥ ਦੇ ਵਿੱਚ ਤੇਰੀ ਬੜੀ ਤਰੱਕੀ ਹੋ ਜਾਏਗੀ। ਜੇ ਤੂੰ ਗ੍ਰਿਸਤੀ ਹੈ, ਘਰੋਂ ਸੰਗ ਕਰਨ ਆਉਣਾ ਸਤਪੁਰਸ਼ਾਂ ਦੇ ਚਰਨਾਂ ਦਾ ਤੇ ਉਹਨਾਂ ਦੇ ਬਚਨਾਂ ਤੇ ਪਹਿਰਾ ਦੇ, ਤੇਰੀ ਗਰੀਬੀ ਕੱਟੀ ਜਾਏਗੀ, ਤੇਰਾ ਜਨਮ ਮਰਨ ਮਹਾਂਪੁਰਖ ਕਟਾ ਦੇਣਗੇ। ਸਾਧ ਕੇ ਸੰਗ ਧਰਮ ਰਾਏ ਕਰੇ, ਸੇਵਾ ਹੋਏਗੀ, ਦਰਗਾਹ ਵਿੱਚ ਵੀ ਤੇਰੀਆਂ ਜੈ ਜੈਕਾਰਾਂ ਹੋਣਗੀਆਂ ਜੇ ਐਸੇ ਸਤਪੁਰਸ਼ਾਂ ਦੀ ਸੰਗਤ ਕਰੇਗਾ, ਜਿਨ੍ਹਾਂ ਦੀ ਯਾਦ ਮਨਾ ਰਹੇ। ਸ਼੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਸੇਵਾ ਸਿਮਰਨ ਦੇ ਪੁੰਜ ਐਸੇ ਸਤਪੁਰਸ਼ਾਂ ਦੀ, ਜਿਨ੍ਹਾਂ ਵੇਖੋ ਆਮ ਬੰਦਾ ਦੁਨਿਆਵੀ ਜੰਮਦਾ ਤੇ ਨਾ ਉਹਦੇ ਜੰਮਣ ਨੂੰ, ਉਹਦਾ ਜੰਮਣ ਦੀ ਖੁਸ਼ੀ ਤਾਂ ਉਹਦਾ ਪਰਿਵਾਰ ਹੀ ਮਨਾਉਂਦਾ, ਸੰਸਾਰ ਵਾਸਤੇ ਤਾਂ ਕੁਝ ਨਹੀਂ ਲੈ ਕੇ ਆਇਆ। ਜੇ ਉਹ ਸੰਸਾਰ ਚੋਂ ਚਲਾ ਜਾਂਦਾ, ਘਰ ਵਾਲੇ ਰੋਂਦੇ ਨੇ, ਪਿੱਟਦੇ ਨੇ, ਉਹ ਤਾਂ ਪਿੱਟਦੇ ਰੋਂਦੇ ਨੇ ਕਿ ਉਹਦੇ ਨਾਲ ਕੁਝ ਨਾ ਕੁਝ ਘਰ ਦਾ ਸੌਰ ਦਾ ਦੇ ਕੇ ਤਾਂ ਕੁਝ ਨਹੀਂ ਗਿਆ, ਨਾ ਆਇਆ, ਆਉਣ ਲੱਗਿਆ ਉਹਦੀ ਕੋਈ ਬਸ ਮਾੜੀ ਮੋਟੀ ਘਰਦਿਆਂ ਨੂੰ ਖੁਸ਼ੀ ਹੋਈ, ਸੰਸਾਰ ਦਾ ਕੋਈ ਉਹਨੇ ਭਲਾ ਨਹੀਂ ਕੀਤਾ। ਆ ਵੇਖੋ ਮਹਾਂਪੁਰਖ ਆਉਂਦੇ ਨੇ, ਧਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਲੈ ਮਹਾਂਪੁਰਖ ਤੇ ਜੰਮਣ ਦੀ ਆਉਣ ਦੀ ਹੀ ਦੇਰ ਹੈ, ਬਸ ਜਦ ਧਰਤੀ ਤੇ ਮਾਤ ਲੋਕ ਤੇ ਜਨਮ ਲੈ ਲਿਆ, ਸ੍ਰਿਸ਼ਟੀ ਨੂੰ ਠੰਡ ਪੈ ਜਾਂਦੀ। ਧਰਤੀ ਵੀ ਸ਼ੁਕਰ ਗੁਜ਼ਾਰਦੀ ਹੈ ਕਿ ਸ਼ੁਕਰ ਹੈ, ਸ਼ੁਕਰ ਹੈ, ਨਾਮ ਜਪਣ ਵਾਲੀ ਰੂਹ ਨਿਰੰਕਾਰ ਭੇਜੀ, ਮੇਰਾ ਬੋਝ ਉਤਾਰਨ। ਤੇ ਜਦੋਂ ਸਾਧੂ ਜਾਂਦਾ ਹੈ ਤੇ ਫਿਰ ਵੇਖ ਲਓ ਰੱਬ ਦੇ ਚਰਨਾਂ ਨਾਲ ਉਹਦੀ ਯਾਦ ਜੋੜ ਜਾਂਦੀ, ਤੁਸੀਂ ਕਿਵੇਂ ਬੈਠੇ ਹੋ ਸੱਜ ਕੇ। ਯਾਦ ਉਹਨਾਂ ਦੀ ਬਣਾਈ ਜਾਂਦੇ ਹਾਂ ਤੇ ਗੱਲਾਂ ਗੁਰੂ ਨਾਨਕ ਦੀਆਂ ਕਰ ਰਹੇ ਹਾਂ, ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਯਾਦ ਉਹਨਾਂ ਦੀ ਸਾਧੂ ਦੀ ਯਾਦ ਮਨਾਈ ਜਾ ਰਹੀ ਹੈ ਤੇ ਸਾਨੂੰ ਸਾਧੂ ਦੀ ਯਾਦ ਵਿੱਚ ਬਹਿ ਕੇ ਰੱਬ ਦੇ ਚਰਨਾਂ ਨਾਲ ਜੁੜਨ ਦਾ ਸੁਭਾਗਾ ਸਮਾਂ ਮਿਲਿਆ ਤੇ ਸਾਧੂ ਆਉਣ ਲੱਗਾ ਵੀ ਸੰਸਾਰ ਦਾ ਭਲਾ ਕਰਦਾ ਹੈ ਤੇ ਜਾਂਦਾ ਵੀ ਸੰਸਾਰ ਦਾ ਭਲਾ ਕਰ ਦਿੰਦਾ ਤੇ ਸਦੀ ਰਹਿੰਦੀ ਦੁਨੀਆਂ ਤੱਕ ਮਹਾਂਪੁਰਖ ਭਲਾ ਕਰਦੇ ਰਹਿੰਦੇ। ਇਹਨਾਂ ਦਾ ਉਹਨਾਂ ਧੰਨ ਹੈ, ਸਾਡੇ ਵਰਗੇ ਜੀਵਾਂ ਦਾ ਜਿਹੜੇ ਨਾਮ ਨਹੀਂ ਜਪਦੇ ਸੰਸਾਰ ਵਿੱਚ ਆ ਕੇ ਉਹਨਾਂ ਦਾ ਨਹੀਂ, ਜਿਹੜੇ ਜਪਦੇ ਧੰਤਾ ਦੇ ਜੋ ਜਿਹਨਾਂ ਨੇ ਸਾਰੀ ਉਮਰ ਹੀ ਗਵਾਲੀ ਨਾਮ ਨਹੀਂ ਜਪਿਆ ਉਹਨਾਂ ਦਾ ਉਹਨਾਂ ਧੰਨ ਨਹੀਂ ਉਹਨਾਂ ਧੰਨ। ਸੋ ਸਾਧ ਸੰਗਤ ਕਈਆਂ ਦੀ ਦੁਆਰੇ ਦੁਆਰੇ ਡੋਲਦਿਆਂ ਉਮਰ ਲੰਘ ਗਈ, ਕੋਈ ਸਾਧੂ ਸੰਤ ਦੀ ਸੰਗਤ ਪਸੰਦ ਹੀ ਨਹੀਂ ਆਈ ਜਿਹਨਾਂ ਨੇ ਇੱਕ ਮਹਾਂਪੁਰਖ ਤੇ ਆਸਰਾ ਟੇਕ ਰੱਖ ਲਈ ਤੇ ਫਿਰ ਸਾਧ ਸੰਗਤ ਜੀ ਉਹਨਾਂ ਦੇ ਲੋਕ ਪ੍ਰਲੋਕ ਸਬਰ ਗਏ, ਲੋਕ ਪ੍ਰਲੋਕ। ਨਹੀਂ ਤਾਂ ਮਾਰੇ ਕਹਿੰਦੇ ਕੱਢੀ ਜਾ ਚੱਕਰ ਸਾਰੇ ਪਾਸੇ ਘੁੰਮ ਫਿਰਿਆ ਦੁਆਰੇ ਦੁਆਰੇ ਸਵਾਣ ਜੋ ਡੋਲੇ ਨਹੀਂ ਸੁਧ ਰਾਮ ਭਜਨ ਕੀ। ਮਾਰੇ ਕਹਿੰਦੇ ਜਿਵੇਂ ਕੁੱਤਾ ਕਿਸੇ ਦਾ ਰੱਖਿਆ ਨਹੀਂ, ਇੱਕ ਦਰ ਤੇ ਗਿਆ ਨਹੀਂ ਰੋਟੀ ਮੇਰੀ ਫਟਕਾਰਾਂ ਪਈਆਂ, ਦਰ ਦਰ ਤੇ ਰੁਲਦਾ ਫਿਰਦਾ ਉਹਨੂੰ ਕੋਈ ਟੁੱਕੜ ਨਹੀਂ ਪਾਉਂਦਾ ਕਿਉਂਕਿ ਭਾਈ ਉਹਦਾ ਕੋਈ ਸਾਈਂ ਖਸਮ ਨਹੀਂ, ਉਹਦਾ ਕੋਈ ਖਸਮ ਨਹੀਂ ਹੈ, ਖਸਮ ਵਾਲਾ ਨਹੀਂ ਹੈ। ਜੇ ਕਿਸੇ ਦਾ ਰੱਖਿਆ ਹੋਵੇ ਗਲ ਚ ਪਾਇਆ ਹੋਵੇ ਪਟਾ ਤਾਂ ਅਗਲਾ ਕਹਿੰਦਾ ਗੁਆਂਢੀਆਂ ਦਾ ਕੁੱਤਾ ਹੈ ਭਾਈ ਦੋ ਟੁੱਕੜ ਪਾ ਦਿਓ, ਕਦਰ ਹੋ ਜਾਂਦੀ। ਜੇ ਤੂੰ ਮਹਾਂਪੁਰਖਾਂ ਦੀ ਸੰਗਤ ਨਹੀਂ ਕੀਤੀ ਤੇ ਮਹਾਂਪੁਰਖੀ ਚੇਂਜ ਕਰਦਾ ਰਿਹਾ ਫਿਰ ਤੇਰੇ ਤੇ ਕਿਰਪਾ ਕਿਰਪਾ। ਇੱਕ ਤੇ ਅਕੀਦਾ ਬਣਾ ਸ਼ਰਧਾ ਰੱਖ ਤੇ ਤੇਰਾ ਬੇੜਾ ਬੰਨੇ ਲਾ ਦੇ। ਇਹਨਾਂ ਦੇ ਬਚਨਾਂ ਤੇ ਪਹਿਰਾ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ। ਬਾਬਾ ਜੀ ਦੇ ਕੋਲ ਕੋਈ ਆ ਗਿਆ, ਕਹਿਣ ਲੱਗਾ ਜੀ ਬੜੀ ਗਰੀਬੀ ਹੈ ਘਰ ਦੇ ਵਿੱਚ, ਆਚਾਰ ਵਿਹਾਰ ਸਿੱਖਣਾ ਨਾ ਮਹਾਂਪੁਰਖਾਂ ਕੋਲ ਆ ਕੇ, ਜਿਵੇਂ ਮਾਂ ਕੋਲ ਬੜੀਆਂ ਜੁਗਤੀਆਂ ਹੁੰਦੀਆਂ, ਸਾਧੂ ਵੀ ਸਾਡੀ ਮਾਂ ਹੈ ਸਾਧ ਸੰਗਤ। ਮਹਾਂਪੁਰਖਾਂ ਕੋਲ ਬੜੀਆਂ ਜੁਗਤੀਆਂ ਹੁੰਦੀਆਂ ਪਰ ਗੱਲ ਇਹ ਵੀ ਜੁਗਤੀ ਤਾਂ ਦਵਾਈ ਤਾਂ ਉਹਦੇ ਤੇ ਅਸਰ ਕਰੇਗੀ ਜਿਹੜਾ ਪਰਹੇਜ ਰੱਖੇਗਾ, ਡਾਕਟਰ ਦੀ ਵੈਦ ਦੀ ਹਕੀਮ ਦੀ ਗੱਲ ਤੇ ਪਹਿਰਾ ਦੇ। ਮਹਾਂਪੁਰਖਾਂ ਕੋਲ ਆ ਗਿਆ, ਕਹਿਣ ਲੱਗਾ ਜੀ ਬੜੀ ਗਰੀਬੀ ਹੈ ਘਰ ਦੇ ਵਿੱਚ, ਬੜੇ ਗਰੀਬ ਹਾਂ। ਤੇ ਮਹਾਂਪੁਰਖ ਜਲਦੀ ਕੀਤਾ ਤਾਂ ਨੇੜੇ ਨਹੀਂ ਆਉਣ ਦਿੰਦੇ, ਪਰ ਮੈਂ ਕਹਿੰਦਾ ਜਿਹੜਾ ਮਹਾਂਪੁਰਖਾਂ ਵੱਲ ਮੂੰਹ ਕਰ ਜਾਏ ਸਮਝ ਵੀ, ਜੇ ਤੇਰਾ ਚਿੱਤ ਕਰਦਾ ਵੀ ਮੈਂ ਮਹਾਂਪੁਰਖਾਂ ਦੇ ਸਥਾਨ ਤੇ ਜਾਵਾਂ, ਜਾ ਕੇ ਮਹਾਂਪੁਰਖਾਂ ਦੀ ਸੰਗਤ ਕਰਾਂ, ਸਮਝ ਲਈ ਪਿੱਛੇ ਜੋ ਬੀਤ ਗਿਆ ਬੀਤ ਗਿਆ, ਹੁਣ ਤੇਰੇ ਦਿਨ ਚੰਗੇ ਆਉਣ ਵਾਲੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚੰਗੇ ਕਰਮ ਮਿਲਾ ਦਿੰਦੇ ਮਹਾਂਪੁਰਖਾਂ ਨੂੰ। ਰੱਬ ਵਰਗਾ ਸਾਧੂ ਮਿਲਿਆ ਰੱਬ ਵਰਗਾ ਸਾਧੂ ਮਿਲਦਾ ਤੇ ਫਿਰ ਜੀਵਨ ਸਵਾਰ ਜਾਂਦਾ ਸਾਧ ਸੰਗਤ, ਕਿਉਂਕਿ ਰੱਬ ਦਾ ਰੂਪ ਹੁੰਦੇ ਹਨ। ਆਓ ਰਾੜੇ ਵਾਲੇ ਮਹਾਂਪੁਰਖਾਂ ਕੋਲ, ਉਹ ਪਿਆਰਾ ਆਇਆ ਆਖਣ ਲੱਗਾ ਮਹਾਰਾਜ ਬੜੀ ਗਰੀਬੀ ਹੈ। ਮਹਾਂਪੁਰ ਕਹਿਣ ਲੱਗੇ ਭਾਈ ਰੱਬ ਦਾ ਨਾਮ ਜਪਿਆ ਕਰੋ, ਅਸੀਂ ਕੀ ਨਹੀਂ ਮਹਾਰਾਜ ਕਰੋ ਕਿਰਪਾ, ਢੀਠ ਮੰਗਤਾ ਬਣ ਗਿਆ। ਮਹਾਂਪੁਰਖਾਂ ਨੇ ਫਿਰ ਜੁਗਤੀ ਦੱਸੀ, ਕਹਿੰਦੇ ਅਮੀਰ ਹੋ ਸਕਦਾ ਤੂੰ ਰੱਖ ਰੱਖ ਕੇ ਧਰ ਧਰ ਭੁੱਲੇਗਾ, ਪਰ ਇੱਕ ਇੱਕ ਕੰਮ ਕਰਨਾ ਪੈਣਾ। ਕਹਿੰਦੇ ਮਹਾਰਾਜ ਹੁਕਮ ਕਰੋ। ਲੋ ਹੁਣ ਜੁਗਤੀ ਦੱਸੀ ਮਹਾਂਪੁਰਖਾਂ ਨੂੰ, ਜੁਗਤੀ
ਪਹਿਲਾਂ ਤਾਂ ਹੁਕਮ ਕੀਤਾ ਉਹਨਾਂ ਨੂੰ ਭਾਈ ਗੁਰੂ ਘਰ ਜਾਇਆ ਕਰੋ, ਜਦੋਂ ਸਮਾਂ ਮਿਲੇ ਨਾਮ ਜਪਿਆ ਕਰੋ। ਤੇ ਇੱਕ ਜੁਗਤੀ ਮਹਾਂਪੁਰਖਾਂ ਨੇ ਦੱਸੀ, ਕਹਿੰਦੇ ਘਰ ਵਾਲੀਆਂ ਬੀਬੀਆਂ ਨੂੰ ਕਹਿ ਦੇਣਾ ਜਦੋਂ ਸੁਬਾ ਸ਼ਾਮ ਆਟਾ ਗੁੰਨਣ ਤੋਂ ਪਹਿਲਾਂ, ਜਦੋਂ ਆਟਾ ਛਾਣਦੀਆਂ ਮਾਈਆਂ, ਇੱਕ ਲੱਪ ਭਰ ਕੇ ਆਟੇ ਦੀ ਰੱਬ ਦੇ ਨਾਂ ਦੀ ਕੱਢ ਦੇਣੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਊਂ ਲੱਪਾਂ ਕੱਢਣ ਨਾਲ ਨਹੀਂ ਕਿਸੇ ਦਾ ਭਲਾ ਹੁੰਦਾ ਗੁਰੂ ਕੇ ਪਿਆਰੇ, ਉਹ ਸਾਧੂ ਦੀ ਮੋਹਰ ਲੱਗੀ ਹੋਵੇ, ਸਟੈਂਪ ਲੱਗ ਜਾਏ, ਸਾਧੂ ਦੀ ਮੋਹਰ ਲੱਗ ਜਾਏ। ਤੇ ਉਹਨਾਂ ਤੇ ਕਿਹਾ ਸੀ ਜੇ ਰਾਮ ਰਾਮ ਨਹੀਂ ਜਪਣਾ ਮਰਾਂ ਮਰਾਂ ਜਪੀ ਜਾ, ਤੇ ਉਹਦੇ 'ਚ ਭਲਾ ਹੋ ਗਿਆ ਸੀ, ਉਹਦੇ 'ਚ ਹੀ ਭਲਾ ਹੋ ਗਿਆ ਸੀ। ਜੇ ਤੈਨੂੰ ਮਹਾਂਪੁਰਖ ਕੋਈ ਵੀ ਆਪਣੀ ਰਸਨਾ ਤੋਂ ਬਚਨ ਕਰ ਦੇ ਤੇ ਤੇਰਾ ਉਹ ਨਿਤਨੇਮ ਬਣ ਜਾਏ ਮਰਦੇ ਦਮ ਤੱਕ, ਤੇ ਉਹੀ ਤੇਰਾ ਬੇੜਾ ਬੰਨੇ ਲਾ ਦੇ। ਮਹਾਂਪੁਰਖ ਕਹਿਣ ਲੱਗੇ ਗਰੀਬੀ ਦੂਰ ਹੋ ਸਕਦੀ, ਗੁਰੂ ਘਰ ਜਾ, ਰੱਬ ਰੱਬ ਕਰੋ, ਤੇ ਘਰ ਵਾਲੀਆਂ ਮਾਈਆਂ ਨੂੰ ਕਹਿ ਦਿਓ ਵੀ ਜਦੋਂ ਸੁਬਾ ਸ਼ਾਮ ਆਟਾ ਗੁੰਨਣ ਤੋਂ ਪਹਿਲਾਂ ਜਦੋਂ ਛਾਣਦੀਆਂ ਤੇ ਇੱਕ ਲੱਪ ਭਰ ਕੇ ਰੱਬ ਦੇ ਨਾਂ ਦੀ ਕੱਢ ਦੇਣੀ ਹੈ, ਤੇ ਜਦੋਂ ਆਟਾ ਜੁੜ ਜਾਏ ਤੇ ਉੱਥੇ ਦੇ ਆਉਣਾ ਜਿੱਥੇ ਗੁਰੂ ਕਾ 24 ਘੰਟੇ ਲੰਗਰ ਚੱਲਦਾ, ਉੱਥੇ ਦੇ। ਕਹਿੰਦਾ ਜੀ ਸਤ ਬਚਨ, ਆ ਵੇਖੋ ਜੁਗਤੀ ਦੱਸ ਰਹੇ ਮਹਾਂਪੁਰਖ। ਤੇ ਜੇ ਕਹਿੰਦੇ ਵੀ ਮਹਾਂਪੁਰਖ ਹੁਣੇ ਕੁਝ ਘੋਲ ਕੇ ਪਿਆ ਦੇਣ ਤੇ ਮੈਂ ਰਾਤੋਂ ਦਿਨ ਨਾ ਚੜੇ ਤੇ ਕਲਾ ਹੀ ਬਦਲ ਜਾਏ ਸਾਰੀ, ਇਹ ਨਹੀਂ ਹੋ ਸਕਦਾ। ਇਹ ਤਾਂ ਅਭਿਆਸ ਦਾ ਕਰਨਾ ਪਏਗਾ, ਤੁਰਨਾ ਤਾਂ ਪਏਗਾ। ਕਬੀਰ ਸਾਹਿਬ ਨੇ ਵੀ ਆਪਣੇ ਆਪ ਨੂੰ ਕਿਹਾ ਵੀ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕਬੂ ਕੇ ਸੁਣੇ। ਤੈਨੂੰ ਚੱਲਣਾ ਪਏਗਾ, ਤੁਰਨਾ ਪਏਗਾ, ਹੌਲੀ ਹੌਲੀ ਚੱਲਦਾ ਰਹੇ ਚੱਲਦਾ ਰਹੇ, ਕਿਤੇ ਨਾ ਕਿਤੇ ਮੰਜ਼ਿਲ ਆ ਜਾਏ। ਜੇ ਮਹਾਂਪੁਰਖ ਨੇ ਤੈਨੂੰ ਕਿਹਾ ਦੋ ਪਾਠ ਸੁਖਮਨੀ ਤੇ ਕਰਿਆ ਕਰ, ਤੂੰ ਢਿੱਲਾ ਜਾ, ਮੇਰੇ ਵਰਗਾ ਬੰਦਾ ਮੂੰਹ ਲੈ ਕੇ ਵਾਪਸ ਆ ਜਾਂਦਾ, ਲੈ ਪਾਠ ਤਾਂ ਰੋਜ਼ ਹੀ ਕਰੀਦਾ। ਨਹੀਂ ਭਾਈ, ਹੁਣ ਕਰਕੇ ਵੇਖ, ਹੁਣ ਜਿਹੜਾ ਉਹਨਾਂ ਕਿਹਾ, ਹੁਣ ਮੋਹਰ ਲੱਗ ਗਈ। ਮਹਾਂਪੁਰਖਾਂ ਦਾ ਬਚਨ ਕਮਾਲਿਆ, ਕਹਿੰਦੇ ਸਤ ਬਚਨ ਜੀ, ਗੁਰੂ ਘਰ ਜਾਣ ਲੱਗ ਗਏ। ਆਹਾ, ਗੁਰੂ ਘਰੇ ਜਾਣ ਲੱਗ ਗਏ, ਉਹ ਜਿਹੜਾ ਮਹਾਂਪੁਰਖਾਂ ਨੇ ਜੁਗਤੀ ਦੱਸੀ ਸੀ ਉਹ ਸੰਬੰਧ ਨਿਕਲਣ ਲੱਗ ਗਿਆ ਕਮਾਈ ਚ। ਹੁਣ ਮਾਈਆਂ ਸੁਬਾ ਸ਼ਾਮ ਆਟਾ ਗੁੰਨਣ ਤੋਂ ਪਹਿਲਾਂ ਲੱਪ ਲੱਪ ਆਟੇ ਦੀ ਕੱਢ ਲੈਂਦੀਆਂ ਰੱਬ ਦੇ ਨਾਂ ਦੀ, ਜਦੋਂ ਆਟਾ ਹੋ ਜਾਂਦਾ ਹੈ ਵਾਹਵਾ, ਤੇ ਉਸ ਗੁਰੂ ਘਰ ਦੇ ਆਉਂਦੇ ਜਿੱਥੇ 24 ਘੰਟੇ ਲੰਗਰ ਚੱਲਦਾ, ਤੇ ਇੱਕੇਦਮ ਨਹੀਂ ਕਿਰਪਾ ਹੁੰਦੀ, ਹੌਲੀ ਹੌਲੀ ਹੌਲੀ। ਸਾਡੇ ਕੁਝ ਪਾਪ ਕੀਤੇ ਹੁੰਦੇ ਉਹ ਨਾਸ਼ ਹੁੰਦੇ ਆ ਪਹਿਲਾਂ, ਫਿਰ ਹੌਲੀ ਹੌਲੀ ਕਿਰਪਾ ਹੋ ਜਾਂਦੀ। ਰਾੜੇ ਵਾਲੇ ਮਹਾਂਪੁਰਖਾਂ ਨੇ ਦੱਸੀ ਜੁਗਤੀ, ਤੇ ਫਿਰ ਉਹ ਦਿਨ ਆ ਗਿਆ। ਦਿਨ ਫਿਰਨ ਲੱਗ ਗਏ, ਜਪ ਤੇ ਦਰਸ਼ਨ ਭੇਟੇ ਸਾਧੂ, ਲੱਪ ਆਟੇ ਦੀ ਕੱਢਣ ਦੇ ਨਾਲ ਹੀ ਦਿਨ ਫਿਰਨ ਲੱਗ ਗਏ। ਐਸੇ ਦਿਨ ਫਿਰੇ ਟਰੈਕਟਰਾਂ ਮੋਟਰਾਂ ਗੱਡੀਆਂ ਦੇ ਮਾਲਕ ਬਣ ਗਏ। ਆਖੋ ਸਤਨਾਮ ਸ਼੍ਰੀ। ਜਿਨ੍ਹਾਂ ਨੂੰ ਮੰਗਿਆ ਕੋਈ ਸਾਈਕਲ ਨਹੀਂ ਸੀ ਦਿੰਦਾ, ਜਿਨ੍ਹਾਂ ਨੂੰ ਕੋਈ ਬੁਲਾ ਕੇ ਨਹੀਂ ਸੀ ਰਾਜੀ, ਅੱਜ ਰਾੜੇ ਵਾਲੇ ਮਹਾਂਪੁਰਖਾਂ ਨੇ ਕਿਰਪਾ ਕੀਤੀ, ਜੁਗਤੀ ਦੱਸੀ, ਜੁਗਤੀ ਤੇ ਪਹਿਰਾ ਦਿੱਤਾ। ਤੇ ਫਿਰ ਕਿਸੇ ਨੇ ਜੇ ਪੁੱਛਿਆ ਵੀ ਹੋਏਗਾ ਉਹਨਾਂ ਨੂੰ, ਭਾਈ ਇਹ ਤੇਰੇ ਤੇ ਕਿਰਪਾ ਕਿਵੇਂ ਹੋ ਗਈ, ਫਿਰ ਉਹ ਕਹਿੰਦਾ ਹੋਏਗਾ ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ ਮੇਰਾ ਜੀਵਨ।
ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਸਾਧੂ ਮਿਲਿਆ, ਮੇਰਾ ਜੀਵਨ ਸਵਾਰ ਗਿਆ, ਰੱਬ ਵਰਗਾ ਰੱਬ ਵਰਗਾ ਮੈਨੂੰ ਸਾਧੂ ਮਿਲ ਗਿਆ, ਰਾੜੇ ਵਾਲੇ ਮਹਾਂਪੁਰਖਾਂ ਦੀ ਭਾਈ ਮੈਨੂੰ ਸੰਗਤ ਹੋ ਗਈ ਤੇ ਮੇਰੀ ਗਰੀਬੀ ਦੂਰ ਹੋ ਗਈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗਰੀਬੀ ਚਲੀ ਗਈ ਦੂਰ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ, ਤਾਂ ਤੇਰੀਆਂ ਰਾਤਾਂ ਤੇ ਤੇਰੇ ਦਿਨ ਭਾਈ ਜੀ ਸਫਲ ਹੋਣਗੇ, ਜੇ ਤੂੰ ਪੂਰਨ ਮਹਾਂਪੁਰਖਾਂ ਦੀ ਸੰਗਤ ਕਰੇਗਾ। ਲੈ ਹੁਣ ਇੱਥੇ ਗੱਲ ਇਹ ਵੀ ਆ ਜਾਂਦੀ, ਪੂਰਨ ਮਹਾਂਪੁਰਖ ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਮਹਾਂਪੁਰਖ ਪੂਰਨ ਹੈ? ਇਹ ਤਾਂ ਹੁਣ ਲਿਖਿਆ ਨਹੀਂ ਗਿਆ ਸਾਹਮਣੇ, ਨਾ ਹੀ ਸਾਨੂੰ ਪਤਾ ਵੀ ਪੂਰਨ ਹੈ। ਕਿਵੇਂ ਕਿਵੇਂ ਪਤਾ ਲੱਗੇਗਾ? ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੱਸਦੀ ਹੈ। ਮਹਾਰਾਜ ਕਹਿੰਦੇ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ। ਕਹਿੰਦੇ ਉਹ ਪੂਰਨ ਸਾਧੂ ਹੈ ਜਿਹੜਾ ਚੌਵੀ ਘੰਟੇ ਤੁਹਾਨੂੰ ਆਪ ਨਾਮ ਜਪਦਾ ਤੇ ਤੁਹਾਨੂੰ ਜਪਣ ਦਾ ਉਪਦੇਸ਼ ਦਿੰਦਾ ਹੈ, ਜਿਹੜਾ ਆਪ ਕੀਰਤਨ ਕਰਦਾ ਤੇ ਕੀਰਤਨ ਸੁਣਦਾ ਹੈ, ਕੀਰਤਨ ਕਰਾਉਂਦਾ ਵੀ ਹੈ, ਕੀਰਤਨ ਦੀ ਗੱਲ ਕਰਦਾ ਭਾਈ ਕੀਰਤਨ ਕਰੋ ਕਥਾ ਕਰੋ। ਜਿਹਦੇ ਜਿਹਦੇ ਇਰਦ ਗਿਰਦ ਇਹ ਹਨ ਦਾਤਾ, ਕਹਿੰਦੇ ਜਾਣੋ ਇਹ ਸਾਧੂ ਪੂਰਾ ਹੈ। ਜਿਹਨੇ ਆਪ ਸੇਵਾ ਕੀਤੀ, ਆਪ ਘਾਲਣਾ ਘਾਲੀ ਹੈ ਤੇ ਤੁਹਾਨੂੰ ਵੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ, ਸਮਝੋ ਇਹ ਸਾਧੂ ਪੂਰਨ ਹੈ। ਜਿਹੜਾ ਕਹਿ ਕੋਈ ਗੱਲ ਨੀ ਆਪਾਂ ਬੈਠੇ ਫਿਕਰ ਨਾ ਕਰੀ ਫੱਟੇ ਚੱਕਦੇ, ਸਮਝ ਵੀ ਨਹੀਂ ਇਹ ਪੂਰਨ ਨਹੀਂ ਹੈ, ਇਹ ਥੋਥਾ ਹੈ। ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਸਨ, ਅਸੀਂ ਇੱਕ ਕਹਿੰਦੇ ਨਿਸ਼ਾਨੀ ਦੱਸਦੇ ਹਾਂ, ਕਹਿੰਦੇ ਜਿਹਦਾ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਮਿਲੇ, ਮਨ ਨੂੰ ਠੰਡ ਮਿਲੇ, ਅੱਖਾਂ ਨੂੰ ਸ਼ਾਂਤੀ ਮਿਲੇ, ਠੰਡੀਆਂ ਹੋ ਜਾਣ ਅੱਖੀਆਂ,
ਜਿਹਨੂੰ ਮਿਲ ਕੇ ਆਨੰਦ ਆਨੰਦ ਹੋ ਜਾਏ ਮਨ, ਕਹਿੰਦੇ ਸਮਝੀ ਇਹ ਭਲੇ ਭਲੇ ਦੀ ਮੈਨੂੰ ਸੰਗਤ ਮਿਲੀ ਹੈ, ਇਹ ਸਾਧੂ ਦੀ ਮੈਨੂੰ ਸੰਗਤ ਮਿਲੀ, ਮੇਰਾ ਸਾਧੂ ਨਾਲ ਮਿਲਾਪ ਹੋਇਆ। ਕਹਿੰਦੇ ਜਿਹਨੂੰ ਮਿਲ ਕੇ ਤੇਰੇ ਮਨ ਨੂੰ ਸ਼ਾਂਤੀ ਨਾ ਮਿਲੇ ਤੇ ਤੇਰੇ ਆਪ ਮੁਹਾਰੇ ਮੂੰਹ ਜੋ ਨਾ ਨਿਕਲੇ ਸਤਨਾਮ ਸ਼੍ਰੀ ਵਾਹਿਗੁਰੂ। ਸਮਝ ਰਹੀ ਵੀ ਇਹ ਮਹਾਂਪੁਰਖ ਨਹੀਂ, ਆਮ ਇਨਸਾਨ ਨਾਲ ਮੇਰੀ ਭੇਟ ਹੋਈ। ਬਾਬਾ ਜੀ ਕਹਿੰਦੇ ਅਸੀਂ ਨਿਸ਼ਾਨੀ ਦੱਸਦੇ ਹਾਂ ਤੁਹਾਨੂੰ, ਜਿਹਦਾ ਦਰਸ਼ਨ ਕਰਕੇ ਰੰਗ ਰੂਪ ਵੇਖ ਕੇ ਚਿਹਰੇ ਦਾ ਜਲਾਲ ਵੇਖ ਕੇ ਹਿਰਦਾ ਠਰ ਜਾਏ, ਮਨ ਨੂੰ ਸ਼ਾਂਤੀ ਮਿਲੇ, ਮਨ ਖੇੜੇ ਵਿੱਚ ਹੋ ਜਾਏ। ਕਹਿੰਦੇ ਸਮਝੋ ਵੀ ਇਹ ਸਾਨੂੰ ਮਹਾਂਪੁਰਖ ਦੀ ਸੰਤ ਦੀ ਅਸਲੀ ਸੰਤ ਦੀ ਸੰਗਤ ਪ੍ਰਾਪਤ ਹੋਈ ਹੈ। ਤੇ ਜਿਹਦਾ ਦਰਸ਼ਨ ਕਰਕੇ ਤਨ ਮਨ ਸੜ ਜਾਏ, ਸ਼ਾਂਤੀ ਨਾ ਮਿਲੇ, ਖਿੰਜ ਚੜ ਜਾਏ, ਸਮਝੋ ਵੀ ਇਹਨੇ ਬਾਣਾ ਹੀ ਪਾਇਆ, ਚੋਲਾ ਹੀ ਪਾਈ ਫਿਰਦਾ, ਢੌਂਗ ਹੀ ਰੱਜਿਆ, ਪਰ ਇਹਦੇ ਅੰਦਰ ਉਹ ਚੀਜ਼ ਹੈ। ਇਹ ਤਾਂ ਸਿੱਧਾ ਜਿਹਾ ਪਤਾ ਲੱਗ ਜਾਣਾ ਤੁਹਾਨੂੰ ਸਾਧ ਸੰਗਤ ਜੀ, ਜਿਹਦੇ ਵਿੱਚ ਮੈਂ ਮੇਰੀ ਹੋਈ, ਉਹ ਜਾਣੋ ਵੀ ਇਹ ਉਹ ਨਹੀਂ। ਜਿਹਦੇ ਵਿੱਚ ਤੂੰ ਹੋਇਆ, ਤੂੰ ਹੋਇਆ, ਤੇ ਜਿਹੜਾ ਹਰ ਦਮ ਕਹਿ ਸਾਰੇ ਆਪ ਸਤਨਾਮ ਸ਼੍ਰੀ ਵਾਹਿਗੁਰੂ, ਜਿਹਦਾ ਦਰਸ਼ਨ ਕਰਕੇ ਜਿਹੜਾ ਮਹਾਂਪੁਰਖ ਇਹ ਕਵੇ ਧੰਨ ਗੁਰੂ ਨਾਨਕ ਪਿਆਰਿਆ ਧੰਨ ਗੁਰੂ ਨਾਨਕ ਪਿਆਰਿਆ ਸਾਨੂੰ ਡੁੱਬਦਿਆਂ ਨੂੰ ਤੂੰ ਹੀ ਤਾਰਿਆ, ਸਾਡੀ ਜਿੰਦ ਦਾ ਆਸਰਾ ਤੂੰ ਮੇਰੇ ਬਾਬਾ ਜੀ, ਜਿੰਦ ਦਾ ਆਸਰਾ ਤੂੰ। ਪੜੋ ਸਾਰੇ ਗੁਰਮੁਖ ਮਾਈ ਭਾਈ, ਧੰਨ ਗੁਰੂ ਨਾਨਕ ਪਿਆਰਿਆ ਸਾਨੂੰ ਡੁੱਬਦਿਆਂ ਨੂੰ ਤੂੰ ਹੀ ਤਾਰਿਆ, ਸਾਡੀ ਜਿੰਦ ਦਾ ਆਸਰਾ ਤੂੰ ਮੇਰੇ ਦਾਤਾ ਜੀ। ਧਿਆਨ ਤੂੰ ਹੀ ਤਾਰਿਆ ਸਾਡੀ ਜਿੰਦ ਦਾ ਮੇਰੇ ਬਾਬਾ ਜੀ, ਜਿੰਦ ਦਾ
ਜੁਗ ਧਿਆਨ ਤੂੰ ਹੀ ਧੰਨ ਗੁਰੂ ਨਾਨਕ ਪਿਆਰਿਆ ਸਾਨੂੰ ਡੁੱਬਦਿਆਂ ਨੂੰ ਤੂੰ ਹੀ ਤਾਰਿਆ ਸਾਡੀ ਜਿੰਦ ਦਾ ਆਸਰਾ ਤੂੰ ਮੇਰੇ ਬਾਬਾ ਜੀ ਜਿੰਦ ਦਾ ਆਸਰਾ ਤੂੰ ਜਿਹੜਾ ਮਹਾਂਪੁਰਖ ਕਹਿ ਕਵੇ ਤੇ ਤੁਹਾਨੂੰ ਵੀ ਇਹ ਕਹਿਣ ਲਾ ਦੇ ਤੂੰ ਤੂੰ ਕਰਤਾ ਜਿਹਦੇ ਚ ਮੈਂ ਹੀ ਬੜੀ ਹੈ ਉਹਦੇ ਤੋਂ ਪਰਹੇਜ ਠੀਕ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਈਸ਼ਰ ਸਿੰਘ ਮਹਾਰਾਜ ਕਹਿੰਦੇ ਸਨ ਨਾਨਕ ਸਾਹਿਬ ਵਾਲੇ ਕਹਿੰਦੇ ਜਿਹੜਾ ਸਾਧੂ ਤੁਹਾਡਾ ਲੋਕ ਨਹੀਂ ਸਵਾਰ ਸਕਦਾ ਉਹਦੇ ਤੋਂ ਪਰਲੋਕ ਦੀ ਆਸਾ ਛੱਡ ਜਿਹੜਾ ਸਾਧੂ ਤੁਹਾਡਾ ਲੋਕ ਨਹੀਂ ਸਵਾਰੇਗਾ ਨਹੀਂ ਸਵਾਰ ਸਕਦਾ ਪਰਲੋਕ ਚ ਕਿੱਥੇ ਤੁਹਾਡੀ ਸਹਾਇਤਾ ਕਰੇਗਾ ਜਿਹੜਾ ਲੋਕ ਦੇ ਵਿੱਚ ਹੀ ਤੁਹਾਡਾ ਸਵਾਰਨਾ ਸਵਾਰ ਦਿੰਦਾ ਸਭ ਤੋਂ ਵੱਡਾ ਸਵਾਰਨਾ ਇਹ ਹੈ ਕਿ ਤੁਹਾਡੀ ਵਿਗੜੀ ਹੋਈ ਜ਼ਿੰਦਗੀ ਨੂੰ ਸਵਾਰ ਤੁਹਾਡਾ ਨਿਤਨੇਮ ਬਣਾ ਦੇ ਸੇਵਾ ਸਿਮਰਨ ਵਾਲਾ ਤੁਹਾਡਾ ਸੁਭਾਅ ਬਣਾ ਦੇ ਖੋਟਿਆਂ ਨੂੰ ਖਰੇ ਕਰ ਦੇਵੇ ਉਹ ਹੈ ਮਹਾਂਪੁਰਖ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਨਜ਼ਾਰਾ ਲਿਆਂਦਾ ਪਿਆ ਨਾ ਮਹਾਂਪੁਰਖਾਂ ਦੀ ਯਾਦ ਕਿਵੇਂ ਜੁੜ ਕੇ ਬੈਠੇ ਹੋਏ ਨਹੀਂ ਤਾਂ ਕਈ ਦੁਪਹਿਰ ਦਾ ਆਨੰਦ ਮਾਣਦੇ ਏਸੀ ਛੱਡ ਕੇ ਸੁੱਤੇ ਪਏ ਮਨੁੱਖਾ ਜਨਮ ਤਾਂ ਉਹਨਾਂ ਨੂੰ ਵੀ ਤਾਂ ਮਿਲਿਆ ਪਰ ਧੰਨ ਨੇ ਉਹ ਭਾਈ ਜਿਨ੍ਹਾਂ ਨੂੰ ਰੰਗ ਚੜਿਆ ਤੇ ਇੱਥੇ ਆ ਕੇ ਬੈਠ ਕੇ ਆਨੰਦ ਲੈਂਦੇ ਜੀਵਨ ਸਵਾਰਦੇ ਆਪਣਾ ਭਲਾ ਕਰ ਜਿਨ੍ਹਾਂ ਨੂੰ ਪਤਾ ਹੈ ਮਹਾਰੇ ਕਹਿੰਦੇ ਆਓ ਤੇ ਘਟੈ ਦਿਨ ਸਰੈ ਨਾਰੇ ਮਨ ਜਿਹਨਾਂ ਨੂੰ ਪਤਾ ਹੈ ਅਬਰ ਕਾਜ ਤੇਰੇ ਕਿਤੇ ਨਾ ਕਾਂ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਹਾਂ ਤੇ ਕਿਹਨਾਂ ਨੇ ਦੱਸਿਆ ਮਹਾਂਪੁਰਖ ਤੂੰ ਲੱਖ ਨਾਮ ਜਪਦਾ ਰਹੇ ਪੱਲੇ ਕੁਝ ਨਹੀਂ ਪੈਣਾ ਕੁਝ ਨਹੀਂ ਸਬਰਨਾ ਪਰ ਜਿਸ ਦਿਨ ਮਹਾਂਪੁਰਖ ਦੇ ਬਚਨ ਅਨੁਸਾਰ ਜਪੇਗਾ ਫਿਰ ਲਾਹਾ ਹੀ ਲਾਹਾ ਚਾਹੇ ਉਹ ਇਹੀ ਕਹਿੰਦੇ ਇਹੀ ਭਾਈ ਜਪਦਾ ਰਹੇ ਇੱਕੋ ਓਂਕਾਰ ਇੱਕੋ ਓਂਕਾਰ ਉਹ ਕਹਿਣ ਪਹਿਲੀ ਪੌੜੀ ਦਾ ਪਾਠ ਕਰੀ ਜਾ ਕਰੀ ਜਾ ਉਹ ਕਹਿਣ ਤੂੰ ਝਾੜੂ ਹੀ ਮਾਰਨਾ ਝਾੜੂ ਹੀ ਨਿਤਨੇਮ ਬਣਾ ਲਾ ਉਹ ਤੈਨੂੰ ਤਾਰ ਦੇਗਾ ਭਲਾ ਕਰ ਦੇਗਾ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਕਿਹਾ ਗੁਰਦੇਵ ਟੱਲੀਆਂ ਵਜਾਉਣੀਆਂ ਪਿੱਛੇ ਬਹਿ ਕੇ ਰਾਗੀਆਂ ਦੇ ਜੀ ਹਜ਼ੂਰ ਸਾਰੀ ਉਮਰ ਹੁਣ ਤਾਂ ਉਹਨਾਂ ਦੀ ਅਵਸਥਾ ਬੜੀ ਨਿਰਮਲ ਹੋ ਗਈ ਨਹੀਂ ਤਾਂ ਜਦੋਂ ਠੀਕ ਸਨ ਤੇ ਫਿਰ ਵੀ ਰਾਗੀਆਂ ਦੇ ਪਿੱਛੇ ਬਹਿ ਕੇ ਟੱਲੀਆਂ ਦੀ ਸੇਵਾ ਕਰਦੇ ਸੀ ਉਹਨਾਂ ਨੇ ਆਪਦਾ ਨਿਤਨੇਮ ਹੀ ਬਣਾ ਲਿਆ ਫਾਇਦਾ ਤਾਂ ਤਾਂ ਹੈ ਕਿਸੇ ਗੁਰੂ ਪੀਰ ਨੇ ਕੋਈ ਬਚਨ ਕਿਹਾ ਹੋਵੇ ਤੇ ਬਚਨ ਤੇ ਜੀਵਨ ਲੰਘਣ ਅਖੀਰਲੇ ਸਵਾਸ ਤੱਕ ਨਿਭਾ ਸੋ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਮੇਰਾ ਕਰਨ ਆਪ ਜੀ ਨੂੰ ਭਾਗਾਂ ਨਾਲ ਸੰਗਤ ਪ੍ਰਾਪਤ ਹੋਈ ਹੈ ਮਹਾਂਪੁਰਖਾਂ ਦੀ ਸੰਗਤ ਨਾ ਛੱਡਿਓ ਭਾਈ ਐਸੇ ਮਹਾਂਪੁਰਖ ਵਾਰ ਵਾਰ ਨਹੀਂ ਮਿਲਦੇ ਮਹਾਂਪੁਰਖਾਂ ਕੋਲ ਜੁਗਤੀਆਂ ਪੁੱਛਿਆ ਕਰੋ ਤੁਸੀਂ ਆਪ ਨਾਮ ਜਪੋਗੇ ਤੇ ਨਹੀਂ ਓਨੀ ਕਿਰਪਾ ਹੋਣੀ ਕਿਉਂਕਿ ਮਹਾਰਾਜ ਕਹਿੰਦੇ ਜੇ ਨਾਮ ਜਪਣ ਦਾ ਵੱਲ ਸਿਖਾਉਂਦੇ ਨੇ ਤੇ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਮਹਾਂਪੁਰਖਾਂ ਦੇ ਕੋਲ ਤੂੰ ਆ ਤੇ ਜੁਗਤੀ ਪੁੱਛ ਤੇ ਤੇਰੇ ਜਿਹੜੇ ਹਿੱਸੇ ਆਉਂਦੀ ਜੁਗਤੀ ਤੈਨੂੰ ਦੱਸ ਦੇਣ ਤੇਰੇ ਅਨੁਸਾਰ ਹੀ ਨਹੀਂ ਤਾਂ ਉਹ ਆਪਾਂ ਤਾਂ ਬਹੁਤ ਜ਼ੋਰ ਲਾਈ ਜਾਂਦੇ
ਕਦੀ ਸੁਖਮਨੀ ਕਦੀ ਜਪਜੀ, ਪਰ ਮਹਾਂਪੁਰਖਾਂ ਕੋਲ ਆ ਕੇ ਬੈਠ, ਉਹ ਜਾਣ ਜਾਣਗੇ ਤੈਨੂੰ ਉਹ ਗੁਰਬਾਣੀ ਬਖਸ਼ਿਸ਼ ਕਰ ਦੇਣਗੇ, ਭਾਈ ਆਹ ਕਰਿਆ ਕਰ, ਇੰਨਾ ਕੁ ਜਪਦਾ ਰਹਿ, ਥੋੜ੍ਹਾ 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 ਜਪਦੇ 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 ਫਿਰ ਕਿਰਪਾ ਮਿਹਰ ਹੋ। ਸੋ ਮਹਾਂਪੁਰਖਾਂ ਦਾ ਸੰਗ ਮਿਲਿਆ ਤੁਹਾਨੂੰ ਸਾਨੂੰ ਸਾਰਿਆਂ ਨੂੰ, ਤੇ ਮਹਾਂਪੁਰਖਾਂ ਦੇ ਸੰਗ ਤੋਂ ਲਾਭ ਉਠਾਈਏ, ਸਾਧੂਆਂ ਦੇ ਸਰੀਰ ਤੋਂ ਲਾਭ ਉਠਾਈਦਾ। ਦੁਨਿਆਵੀ ਦਾਤਾਂ ਨਹੀਂ ਮੰਗੀਦੀਆਂ ਹੁੰਦੀਆਂ, ਸਾਧੂ ਦੇ ਜੀਵਨ ਤੋਂ ਲਾਭ ਉਠਾਈਦਾ। ਮੈਂ ਤਾਂ ਹੀ ਅੱਜ ਕੋਈ ਇਤਿਹਾਸ ਨਹੀਂ ਸ਼ੁਰੂ ਕੀਤਾ, ਮਹਾਂਪੁਰਖ ਆਏ ਨੇ ਤੁਹਾਨੂੰ ਸੁਣਾਉਣਗੇ, ਪਰ ਮੇਰਾ ਮਨ ਇਹ ਸੀ ਕਿ ਆਪਾਂ ਮਹਾਂਪੁਰਖ ਹੋਇਆ ਸੰਸਾਰ ਦੇ ਵਿੱਚ ਜਨਮ ਲਿਆ, ਮਹਾਂਪੁਰਖਾਂ ਨੂੰ ਰੱਬ ਨੇ ਭੇਜਿਆ, ਹੱਦ ਹੋ ਗਈ ਅਸੀਂ ਕੀ ਮੰਗੀ ਜਾਂਦੇ ਹਾਂ, ਅਸੀਂ ਉਹ ਮੰਗੀਏ ਜੋ ਮਹਾਂਪੁਰਖਾਂ ਦੇ ਕੋਲ ਸੌਦਾ ਭਰਪੂਰ ਹੈ। ਕਿਹੜਾ ਸੌਦਾ? ਸੇਵਾ ਸਿਮਰਨ ਦਾ, ਨਾਮ ਦਾ, ਉਹ ਮੰਗੀਏ। ਗਰੀਬ ਨੂੰ ਸਾਡੀ ਝੋਲੀ 'ਚ ਦਾਤ ਪਾ ਦਿਓ, ਸਾਨੂੰ ਸਤਿਗੁਰਾਂ ਤੋਂ ਦਾਤ ਲੈ ਦਿਓ, ਲਾਹਾ ਲਈਏ ਸਰੀਰ। ਇੱਥੇ ਆ ਕੇ ਮਹਾਂਪੁਰਖਾਂ ਕੋਲ ਕਿਹਾ ਕਰੀਏ, ਮਹਾਂਪੁਰਖੋ ਜੇ ਹੁਣ ਕੱਟੀਆਂ ਬੱਚੀਆਂ ਦੀਆਂ ਗੱਲਾਂ ਕਰੀ ਗਏ ਫੇਰ ਨਹੀਂ ਗੱਲ ਬਣੀ, ਇੱਥੇ ਗੱਲ ਕਰੀਏ ਮਹਾਰਾਜ। ਖਬਰੇ ਇਹ ਸਾਨੂੰ ਪੁੰਨਾ ਕਰਕੇ ਸਰੀਰ ਨਹੀਂ ਮਿਲਿਆ, ਮੈਂ ਤਾਂ ਕਹਿੰਦਾ ਹੁਣ ਉਹਦੇ ਤਰਸ ਕਰਕੇ ਮਿਲਿਆ, ਉਹਨੇ ਤਰਸ ਕਰਤਾ, ਚਲੋ ਫੇਰ ਮਨੁੱਖਾ ਦੀ ਦੇ ਦਿਓ, ਖਬਰੇ ਨਾਮ ਜਾਪੀ ਆ। ਤੇ ਜੇ ਤੁਹਾਨੂੰ ਸਾਨੂੰ ਸੰਗਤ ਮਿਲੀ ਹੈ ਮਹਾਂਪੁਰਖਾਂ ਦੀ, ਤੇ ਇਸ ਸਰੀਰ ਤੋਂ ਲਾਹਾ 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 ਲਾ। ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ, ਕੁਝ ਸਾਲ ਨੇ ਜਿਹੜੇ ਆਉਣ ਵਾਲੇ, ਸਾਡੇ ਪੁੱਛ ਵਾਲੇ ਮਹਾਰਾਜ ਵੀ ਦੱਸਦੇ ਹੁੰਦੇ, ਉਹ ਵੀ ਦੱਸਦੇ ਹੁੰਦੇ 2027 ਹਿੱਲ ਜਾਣਾ ਸਭ ਕੁਛ, ਫਿਰ ਕਦੀ ਨਾ ਕਦੀ ਧਰਵਾਸ ਦੇਣਗੇ, ਕਹਿੰਦੇ ਕੋਈ ਗੱਲ ਨਹੀਂ, ਕੋਈ ਅੱਗਾ ਪਿੱਛਾ ਵੀ ਹੋ ਸਕਦਾ ਹੈ। ਤੇ ਅਸੀਂ ਪੁੱਛਿਆ ਬਾਬਾ ਜੀ ਫਿਰ ਹੋਏਗਾ ਕੀ? ਕਹਿੰਦੇ ਨਾਮ ਜਪਣ ਵਾਲੇ ਉਹਨਾਂ ਦਾ ਭਲਾ ਹੋਏਗਾ, ਉਹ ਆਨੰਦ 'ਚ ਰਹਿਣਗੇ, ਜਿਹੜੇ ਰੱਬ ਤੋਂ ਵਿਛੜੇ ਹੋਏ ਉਹਨਾਂ ਨੇ ਕਹਿੰਦੇ ਨਰਕ ਭਰਨੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਾਰੇ ਮਹਾਂਪੁਰਖ ਹੀ ਜਾਂਦੇ, ਬਾਬਾ ਮਾਂ ਹਰਨਾਮ ਸਿੰਘ ਜੀ, ਮੁਨਸ਼ੀ ਹਰਦਿੱਤ ਸਿੰਘ ਸੀ ਪਟਿਆਲੇ ਦਾ, ਰਾਜੇ ਦਾ ਮੁਨਸ਼ੀ ਸੀ, ਉਹ ਬਾਬਾ ਜੀ ਕੋਲ ਰਹਿਣ ਲੱਗ ਗਿਆ ਸੀ। ਬਾਬਾ ਜੀ ਉਹਨੂੰ ਜੋ ਮੁੱਖ 'ਚ ਬਚਨ ਆਉਂਦੇ ਸੀ ਮੁਨਸ਼ੀ ਨੂੰ ਕਹਿੰਦੇ ਸੀ ਲਿਖੀ ਜਾ, ਉਹ ਸਿਆਹੀ ਦੇ ਨਾਲ ਉਹਨੇ ਲਿਖੇ ਹੋਏ ਬਚਨ ਉੱਥੇ ਲਿਖਤਾਂ ਪਈਆਂ, ਪੁੱਛੋ ਸਾਹਿਬ ਉੱਥੇ ਵੀ ਲਿਖਿਆ ਹੋਇਆ ਪੂਰਾ ਸਮਾਂ। ਬਾਬਾ ਜੀ ਨੇ ਉਹ ਸਾਰਾ ਮਿਲਾ ਕੇ ਤੇ ਆਪਣੇ ਆਹ ਅੰਗਰੇਜ਼ੀ ਹਿਸਾਬ ਦੇ ਨਾਲ 2027 ਬਣਾਈ। ਉਹਨਾਂ ਮਹਾਂਪੁਰਖਾਂ ਨੇ ਵੀ ਕਿਹਾ ਸੀ ਜਦੋਂ ਸਾਨੂੰ ਗਿਆਨ ਨੂੰ 100 ਸਾਲ ਹੋ ਗਿਆ ਅਸੀਂ ਫੇਰ ਆਵਾਂਗੇ, ਪੁੱਛੋ ਸਾਹਿਬ ਚਾਹਵਾਂਗੇ, ਪੁੱਛੋ ਦੇ ਲੋਕ ਫਿਰ ਨਹੀਂ ਸਾਨੂੰ ਪਛਾਣ ਸਕਣਗੇ। ਇਸ ਕਰਕੇ ਭਾਈ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ, ਪਰ ਉਹਨਾਂ ਲਈ ਜਿਹੜੇ ਰੱਬ ਤੋਂ ਵਿਛੜੇ, ਜਿਹੜੇ ਨਾਮ ਜਪਣਗੇ ਉਹ ਬਚੇ ਰਹਿਣਗੇ। ਚੱਕੀ ਦੇ ਪੁੜਾਂ ਹੇਠ ਦਾਣੇ ਆ ਗਏ, ਜਿਹੜੇ ਕਈਆਂ ਦਾ ਦਲੀਆ ਦੁਫਾੜ ਬਣ ਗਏ, ਆਟਾ ਬਣ ਗਿਆ, ਜਿਹੜੇ ਕਿੱਲੀ ਨਾਲ ਲੱਗੇ ਰਹਿ ਗਏ ਉਹਨਾਂ ਦਾ ਬਚਾਅ ਹੋਇਆ। ਤੇ ਕਿੱਲੀ ਹਨ ਗੁਰੂ ਨਾਨਕ ਦੇ ਚਰਨ, ਮਹਾਂਪੁਰਖਾਂ ਦੇ ਚਰਨ, ਇਹਨਾਂ ਦੇ ਨਾਲ ਲੱਗੇ ਰਹੋ, ਭਜਨ ਕਮਾਉਂਦੇ ਰਹੋ, ਫਿਰ ਇਹ ਲੋਕ ਸੁਖੀਏ ਪੁਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਕਿਰਪਾ ਹੋ ਜਾਏਗੀ, ਆਪੇ ਤਾਰ ਦੇਣਗੇ ਮਹਾਂਪੁਰਖ। ਜੁਗਤੀਆਂ ਲੈ ਜਾਓ ਇਹਨਾਂ ਤੋਂ, ਇਹ ਨਾ ਕਿਹਾ ਕਰੋ ਜੀ ਮੁੰਡਾ ਕੈਨੇਡਾ ਚਲਾ ਜਾਏ, ਆਹ ਹੋ ਜਾਏ ਕਿੱਲਾ ਪੈਲੀ ਹੋਰ ਲੈ ਲਾਂ, ਆਹ ਲੈ, ਇਹ ਤਾਂ ਇਹ ਕਿਹੜੀਆਂ ਤੂੰ ਦਾਤਾਂ ਮੰਗਣ ਲੱਗ, ਇਹ ਕੋਈ ਦਾਤ? ਇਹ ਤਾਂ ਮਿੱਟੀ ਹੈ, ਮਿੱਟੀ ਮਿੱਟੀ ਦਾ ਰੂਪ ਹੈ ਤੇਰਾ ਸਰੀਰ, ਇਹਦਾ ਕੋਈ ਭਰੋਸਾ ਨਹੀਂ, ਤੂੰ ਮਿੱਟੀ ਮੰਗੀ ਜਾਂਦਾ, ਤੂੰ ਉਹ ਮੰਗ, ਤੈਨੂੰ ਅੱਜ ਤੱਕ ਮੰਗਣਾ ਹੀ ਨਹੀਂ ਆਇਆ, ਤੂੰ ਉਹ ਚੀਜ਼ ਮੰਗ ਜਿਹੜੀ ਮੰਗਣ ਦੇ ਨਾਲ ਇਹ ਚੀਜ਼ਾਂ ਫ੍ਰੀ ਆਉਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਇੱਥੇ ਆ ਕੇ ਇਹ ਚੀਜ਼ ਮੰਗ, ਆਓ ਮੈਂ ਸਮਾਪਤੀ ਕਰਾਂ, ਕੀ ਮੰਗੇ? ਕਰ ਕਿਰਪਾ ਦੇਵੋ ਹਰ ਨਾਮ,
ਕਰ ਕਿਰਪਾ ਦੇਵੋ ਹਰ ਨਾਮ ਜਾਚਕ ਜਨ ਜਾਚੈ ਪ੍ਰਭ ਬੋਲੋ ਜਾਚਕ ਜਨ ਜਾਚੈ ਪ੍ਰਭ ਦਾ ਕਰ ਕਿਰਪਾ ਦੇਵੋ ਹਰ ਨਾਮ ਕਰ ਕਿਰਪਾ ਦੇਵੋ ਹਰ ਨਾਮ ਕਰ ਕਿਰਪਾ ਅਰਦਾਸ ਕਰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਮਹਾਰਾਜ ਇਹਨਾਂ ਪਿਆਰਿਆਂ ਦਾ ਮੇਲ ਬਖਸ਼ ਤੇ ਜਦੋਂ ਉਹਨਾਂ ਦਾ ਮੇਲ ਹੋ ਜਾਵੇ ਜੇ ਤੈਨੂੰ ਮੇਲ ਕਰਾ ਦੇਣਾ ਤੇ ਉਹਨਾਂ ਦਾ ਵੀ ਚਿੱਤ ਉਦਾਸ ਨਾ ਕਰਿਆ ਕਰ ਬਾਬਾ ਆਨੰਦ ਸਿੰਘ ਨਹੀਂ ਸੀ ਨੇੜੇ ਆਉਣ ਦਿੰਦੇ ਮਹਾਂਪੁਰਖ ਕੋਈ ਵੀ ਹੈ ਉਹਦੇ ਦਿਲ ਨੂੰ ਖੋਭ ਹੁੰਦੀ ਹੈ ਜਦੋਂ ਅਸੀਂ ਸੰਗਤ ਕਰਕੇ ਵੀ ਦੁਨਿਆਵੀ ਜੀ ਗੱਲ ਮਹਾਂਪੁਰਖਾਂ ਦੇ ਚਰਨਾਂ 'ਚ ਲਿਆ ਰੱਖਦੇ ਹਾਂ ਜੀ ਆਹ ਕਿਰਪਾ ਕਰ ਦਿਓ ਕੀ ਤਾਂ ਕਹਿਣਾ ਹੁੰਦਾ ਮਹਾਂਪੁਰਖਾਂ ਨੇ ਗੁਰੂ ਭਲੀ ਕਰੇਗਾ ਜੇ ਤੂੰ ਮਹਾਂਪੁਰਖ ਤੋਂ ਆ ਕੇ ਪੁੱਛੇਗਾ ਜੁਗਤੀ ਮੈਂ ਵਾਰ ਵਾਰ ਉਹੀ ਗੱਲ ਦੇ ਰਿਹਾ ਜ਼ੋਰ ਕਿ ਮਹਾਂਪੁਰਖ ਦੇ ਸਰੀਰ ਤੋਂ ਲਾਹਾ ਲਈਦਾ ਭਾਈ ਦਿਹਾੜੀ ਕਰਕੇ ਵੀ ਬੰਦਾ ਪੈਸਾ ਕਮਾ ਲੈਂਦਾ ਉਹ ਚੀਜ਼ ਨਾ ਮੰਗ ਝੂਠਾ ਮੰਗਣ ਜੇ ਕੋ ਮੰਗੇ ਜਿਸਨੂੰ ਮਰਤੇ ਘੜੀ ਨਾ ਲੱਗ ਤ੍ਰਿਸ਼ਨਾ ਹੀ ਨਹੀਂ ਖਤਮ ਹੋਣੀ ਤੂੰ ਮੰਗੀ ਜਾ ਮੰਗੀ ਜਾ ਪੈਰ ਵਿੱਚ ਜੁੱਤੀ ਪਾਈ ਹੋਵੇ ਟੁੱਟ ਜਾਏ ਨਾ ਗਾਂਢਾ ਤੁਰਪਾ ਲਵਾਓ ਤੇ ਪੈਰ ਦੇ ਪਹਿਨਣ ਦੇ ਲਾਇਕ ਨਹੀਂ ਰਹਿੰਦੀ ਤੇ ਬਿਨਾਂ ਸੰਤੋਖ ਨਹੀਂ ਕੋਈ ਰਾਜੇ ਜੇ ਸੰਤੋਖ ਰੂਪੀ ਟਾਂਕਾ ਨਾ ਲਾਇਆ ਨਾ ਤੇ ਫਿਰ ਇਹਨੇ ਵੱਧਦੀ ਜਾਣਾ ਵੱਧਦੀ ਜਾਣਾ ਤੇ ਨਰਕਾਂ ਨੂੰ ਲੈ ਜਾਣਾ ਆਖੋ ਸਤਨਾਮ ਇਸ ਕਰਕੇ ਭਾਈ ਲਾਹਾ ਲਓ ਮਹਾਂਪੁਰਖਾਂ ਤੋਂ ਨਾਮ ਦੀਆਂ ਜੁਗਤੀਆਂ ਮੰਗੋ ਇਹਨਾਂ ਦੇ ਬਚਨਾਂ ਤੇ ਪਹਿਰਾ ਦਿਓ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੁਹਾਡੇ ਤੋਂ ਹਿਸਾਬ ਕਿਤਾਬ ਮੰਗੇ ਰੇਰੇ ਦਰਗਹਿ ਕਹੇ ਨਾ ਆਓ ਬੈਠ ਬਿਠਾਉਣਗੇ ਅਗਲੇ ਸਤਿਕਾਰ ਨਾਲ ਜਾਣਾ ਤਾਂ ਸਭ ਨੇ ਹੀ ਹੈ ਮਰਨਾ ਸਭ ਨੇ ਸਭਨਾ ਮਰਨਾ ਆਇਆ ਵਿਛੋੜਾ ਸਭ ਨੇ ਚਲੇ ਜਾਣਾ ਕੋਈ ਅੱਜ ਕੋਈ ਕੱਲ ਕੋਈ ਮਿੰਟ ਪਹਿਲਾਂ ਕੋਈ ਮਿੰਟ ਬਾਅਦ ਵਿੱਚ ਪਰ ਜਿਹੜਾ ਸਾਧੂ ਦਾ ਸੰਗੀ ਹੋਏਗਾ ਉਹਦਾ ਸਤਿਕਾਰ ਹੋਏਗਾ ਜੈ ਜੈਕਾਰ ਹੋਏਗਾ ਤੇ ਜਿਹਨੇ ਨਾਮ ਨਹੀਂ ਜਪਿਆ ਫਿਰ ਉਹਦਾ ਆਪ ਜੀ ਨੂੰ ਪਤਾ ਹੀ ਹੈ
ਹਾਏ ਹਾਏ ਕਰਦੇ ਨਰਕਾਂ ਵਿੱਚ। ਇਸ ਕਰਕੇ ਲਾਹਾ ਲਈਏ, ਮੰਗੀਏ ਨਾਮ, ਮੰਗੀਏ ਸੇਵਾ ਸਿਮਰਨ। ਤੇ ਤੁਹਾਡਾ ਗੁਰੂ ਕੋਈ ਨਿਆਣਾ ਨਹੀਂ ਕਿ ਤੁਸੀਂ ਸੇਵਾ ਸਿਮਰਨ ਮੰਗੋਗੇ ਤੇ ਸੇਵਾ ਸਿਮਰਨ ਹੀ ਦੇਗਾ, ਹੋਰ ਕੁਝ ਨਹੀਂ ਦੇਗਾ। ਉਹਨੂੰ ਪਤਾ ਮੇਰਾ ਇਹ ਸਿੱਖ ਗ੍ਰਿਸ਼ਤੀ ਹੈ। ਛੇਵੇਂ ਪਾਤਸ਼ਾਹ ਨੂੰ ਆਖਿਆ ਸੀ ਨਾ ਸਿੱਖ ਨੇ, ਮਹਾਰਾਜ ਮਨ ਕਿਹਾ ਇੱਕ ਚੀਜ਼ ਮੰਗ ਇੱਕ ਵਾਰ। ਉਹਨੇ ਆਖਿਆ ਜੇ ਲੋਕ ਦੇ ਸੁੱਖ ਮੰਗ ਲਏ ਤੇ ਪਰਲੋਕ ਚ ਰੁਲਦਾ ਫਿਰੂੰਗਾ, ਜੇ ਉੱਥੋਂ ਦੇ ਮੰਗ ਲਿਆ ਤੇ ਇੱਥੇ ਰੁਲ ਗਿਆ। ਉਹਨੇ ਫਿਰ ਜੁਗਤੀ ਨਾਲ, ਮਹਾਰਾਜ ਤੇਰੇ ਸਿੱਖ ਨੂੰ ਲੋਕ ਦੇ ਸੁੱਖ ਵੀ ਚਾਹੀਦੇ ਆ ਤੇ ਪਰਲੋਕ ਦੇ ਸੁੱਖ ਵੀ ਚਾਹੀਦੇ ਆ। ਇਸ ਤਰ੍ਹਾਂ ਮੰਗੋ, ਰੱਬ ਤੋਂ ਨਾਮ ਮੰਗੋ, ਫਿਰ ਰੱਬ ਦਿਆਲ ਹੋ ਜਾਏਗਾ। ਆਹ ਗੁਰਮੁਖ ਪਿਆਰਿਆਂ ਨੇ ਹੁਕਮ ਲਾਇਆ ਸੀ, ਫਕੀਰਾ ਤੇਰੀ ਦੀਦ ਵਾਸਤੇ। ਸੋ ਮੇਰੇ 'ਚ ਇੱਕ ਬੜੀ ਵੱਡੀ ਇਹ ਸਮਝਣ ਨੁਕਸ ਹੈ ਬਾਬਾ ਜੀ, ਮੈਂ ਗਾਉਂਦਿਆਂ ਗਾਉਂਦਿਆਂ ਭੁੱਲ ਜਾਂਦਾ। ਅਸਥਾਈਆਂ ਬੜੀ ਵਾਰੀ ਚੇਂਜ ਹੋ ਜਾਂਦੀਆਂ, ਕਈ ਸ਼ਬਦ ਰਿਕਾਰਡ ਕਰਾਏ, ਇਸ ਤਰ੍ਹਾਂ ਹੀ ਸੰਗਤ ਹੀ ਦੱਸਦੀ, ਕਈ ਵਾਰ ਭੁੱਲ ਜਾਈਦਾ ਗਾ ਕੇ, ਕਈ ਵਾਰ ਨਹੀਂ ਗਾਈਦਾ। ਸੋ ਕਈਆਂ ਥਾਵਾਂ 'ਤੇ ਗੁਰਮੁਖ ਪਿਆਰੇ ਹੁਕਮ ਕਰਦੇ, ਮੈਂ ਨਹੀਂ ਕਹਿੰਦਾ ਵੀ ਕਿਸੇ ਨੇ ਬੇਨਤੀ ਕੀਤੀ, ਹੁਕਮ ਕਰਦੇ, ਪਰ ਕਈ ਵਾਰ ਉਹ ਦਿਮਾਗ 'ਚੋਂ ਨਿਕਲ ਜਾਂਦੀ, ਉਹ ਆਨੰਦ ਨਹੀਂ ਫਿਰ ਬਣਦਾ, ਮੈਨੂੰ ਭੁੱਲ ਜਾਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਹਾਂ ਹੀ ਭੁੱਲੇ ਅਤੇ ਤੁਸੀਂ ਭੁੱਲਿਆ ਹੋਇਆਂ ਨੂੰ ਰਸਤੇ ਪਾਉਣ ਆਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਮੈਂ ਦੋ ਕੁ ਲੈਣਾ ਕਹਿ ਕੇ ਫਿਰ ਸਮਾਪਤੀ, ਸਮਾਂ ਬਹੁਤ ਹੋ ਗਿਆ। ਆਏ ਹੋਏ ਮਹਾਂਪੁਰਖਾਂ ਦੀ ਰਸਨਾ ਤੋਂ, ਉਹਨਾਂ ਦੀ ਸੁੰਦਰ ਮੁਬਾਰਕ ਰਸਨਾ ਤੋਂ ਆਪ ਜੀ ਨੇ ਲਾਹਾ ਲੈਣਾ। ਆਓ ਪੜ੍ਹੀਏ ਫਿਰ ਸਮਾਪਤੀ। ਗਲੀ ਤੇਰੀ ਮਤਵਾਲੇ ਫਿਰਦੇ, ਉਹ ਤੇਰੇ ਦਰਸ਼ਨ ਕਾਰਨ ਦੇ ਕੇ ਦਰਸ਼ਨ ਦੇ ਕੇ ਦਰਸ਼ਨ ਦੇ ਕੇ ਦੀਦ ਦਿਓ ਦਿਲਾਸਾ, ਰੋਂਦੀਆਂ ਅੱਖੀਆਂ ਨੂੰ ਦਰਸ਼ਨ ਠਾਰ, ਫਕੀਰਾ ਤੇਰੇ ਦੀਦ ਵਾਸਤੇ। ਫਕੀਰਾ ਤੇਰੀ ਦੀਦ ਵਾਸਤੇ,
ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਤੇਰੀ ਜੀਤ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਉਹ ਜਾਣੀ ਜਾਣੀ ਤੂੰ ਏ ਪਿਆਰਿਆ ਜਗ ਕੋਲੋਂ ਜਿੱਤੀਆਂ ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਫਕੀਰਾਂ ਤੇਰੀ ਦੀਦ ਵਾਸਤੇ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ
ਵਾਸਤੇ ਲੱਖਾਂ ਮਿੰਨਤਾਂ ਖੁਦਾ ਫਕੀਰਾਂ ਤੇਰੀ ਵਾਸਤੇ ਲੱਖਾਂ ਮਿੰਨਤਾਂ ਹੋ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਲੱਖਾਂ ਮਿੰਨਤਾਂ ਖੁਦਾ ਦੀਆਂ ਕੀਤੀਆਂ ਭਾਈ ਸੋ ਪਿਆਰੇ ਦਾ ਵਿਛੋੜਾ ਚੱਲਣਾ ਹੀ ਬਹੁਤ ਜਿਹਦਾ ਕਿਸੇ ਮਹਾਂਪੁਰਖ ਤੋਂ ਜੀਵਨ ਬਣਿਆ ਜਿਹਦਾ ਮਹਾਂਪੁਰਖ ਤੋਂ ਜਿੰਨੇ ਦਾਤਾਂ ਪ੍ਰਾਪਤ ਕੀਤੀਆਂ ਉਹਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਉਹ ਯਾਦ ਪੁਰਾਣੀ ਨਹੀਂ ਹੋ ਸਕਦੀ, ਤਾਜ਼ਾ ਹੀ ਹੈ, ਤਾਜ਼ਾ ਹੀ ਹੈ, ਹਰ ਦਮ ਤਾਜ਼ਾ ਹੀ ਹੈ। ਸੋ ਮਹਾਂਪੁਰਖਾਂ ਦੀ ਯਾਦ ਵਿੱਚ ਆਪ ਜੁੜੇ ਹੋ ਅਤੇ ਮੌਜੂਦਾ ਮਹਾਂਪੁਰਖਾਂ ਦੀ ਆਪ ਜੀ ਸੰਗਤ ਪ੍ਰਾਪਤ ਹੋਈ ਹੈ। ਇਹਨਾਂ ਦੇ ਸਰੀਰ ਤੋਂ ਲਾਹਾ ਲਓ, ਸਮਝੋ ਮੇਰੀ ਗੱਲ, ਕਦੀ ਵੀ ਦੁਨਿਆਵੀ ਦਾਤ ਨਾ ਮੰਗਿਓ, ਆਪੇ ਮਿਲ ਜਾਣੀ। ਘੇਰਾ ਪਾਲਿਆ ਕਰੋ ਮਹਾਂਪੁਰਖਾਂ ਨੂੰ, ਆਖਿਆ ਕਰੋ ਸਾਨੂੰ ਜੁਗਤੀਆਂ ਦੱਸੋ ਜੀ, ਅਸੀਂ ਤਾਂ ਮਰੇ ਪਏ ਕਲਯੁਗ ਦੀ ਇਹ ਜੰਜਾਲ ਵਿੱਚ ਫਸੇ ਪਏ, ਸਾਨੂੰ ਕੱਢੋ। ਜਿੰਨਾ ਚਿਰ ਤੁਸੀਂ ਪੁੱਛੋਗੇ ਇਹਨਾਂ ਤੇ ਦੱਸਣਗੇ ਕੀ, ਪਰ ਐਕਟਿੰਗ ਨਾ ਹੋਵੇ। ਭਰੋਵਾਲ ਵਾਲੇ ਮਹਾਂਪੁਰਖ ਨੇ, ਮੈਂ ਬਚਨ ਸੁਣਾਉਣ ਲੱਗਾ ਬਾਬਾ ਜੀ ਮਾਫ਼ੀ ਚਾਹੁੰਦਾ, ਭਰੋਵਾਲ 68 ਵਾਲੇ ਸਤਿਪੁਰਸ਼ ਨੇ ਸੰਨ 79 ਦੇ ਅੰਦਰ ਨੇ, ਬਾਹਰ ਨਹੀਂ ਗਏ। ਆ ਹੁਣ ਥੋੜ੍ਹਾ ਬਹੁਤਾ ਸਰੀਰਕ ਪਰੇਸ਼ਾਨੀ ਕਰਕੇ ਕੋਈ ਗੋਡਿਆਂ ਦੀ ਪ੍ਰੋਬਲਮ ਆ ਗਈ, ਸੰਗਤ ਦੇ ਬਹੁਤ ਕਹਿਣ ਤੇ ਬਾਹਰ ਗਏ, ਨਹੀਂ ਤਾਂ ਨਹੀਂ। ਥੋੜ੍ਹਾ ਸਮਾਂ ਥੋੜ੍ਹਾ ਜਿਹਾ ਵਿਚਰੇ ਬਾਹਰ ਦਰਸ਼ਨ ਮੇਲੇ ਕਰਨ, ਨਹੀਂ ਤਾਂ ਅੰਦਰ ਹੀ ਸੱਚਖੰਡ ਦੀ ਸੇਵਾ ਕਰਨੀ ਅੰਦਰ ਹੀ। ਉਹ ਖਿੜਕੀ ਦੇ ਵਿੱਚ ਐਂ ਦਰਸ਼ਨ ਦਿੰਦੇ ਨੇ, ਵਿੰਡੋ ਹੈ ਉਹਦੇ ਪਿਛਲੇ ਪਾਸੇ ਐਂ ਬਹਿੰਦੇ। ਜੋ ਸਾਡਾ ਮਿੱਤਰ ਪਿਆਰਾ ਹੀ ਹੈ ਜਗਰਾਉਂ ਦਾ ਸਿੰਘ, ਉਹ ਲਾਈਨ ਲੱਗੀ ਸੀ ਤੇ ਮਹਾਂਪੁਰਖਾਂ ਦੇ ਕੋਲ ਜਦੋਂ ਆਇਆ ਨਾ ਦਰਸ਼ਨ ਕਰਨ ਵਾਸਤੇ, ਦਰਸ਼ਨ ਕਰਨ ਆਇਆ ਤੇ ਸਾਧ ਸੰਗਤ ਆ ਕੇ ਕਹਿਣ ਲੱਗਾ, ਬਾਬਾ ਜੀ ਕਿਰਪਾ ਕਰੋ ਨਾਮ ਦੀ ਦਾਤ ਦੇ ਦੇ। ਮਹਾਂਪੁਰਖ ਮੁਸਕਰਾਏ, ਕਹਿੰਦੇ ਅੱਛਾ ਅੱਛਾ, ਕਹਿੰਦੇ ਜਿਹੜਾ ਤੂੰ ਲਾਈਨ ਵਿੱਚ ਲੱਗ ਕੇ ਮੰਗਦਾ ਸੈ ਉਦੋਂ ਤਾਂ ਕੁਝ ਹੋਰ ਮੰਗਦਾ ਸੈ, ਇੱਥੇ ਸਾਡੇ ਕੋਲ ਤੂੰ ਨਖਰੇ ਕਰਨ ਲੱਗਿਆ ਨਾਮ। ਕਹਿੰਦੇ ਉਹ ਮੰਗ ਜੋ ਲਾਈਨ ਵਿੱਚ ਖੜਾ ਮੰਗਦਾ ਸੈ, ਬਸ ਪੈਰਾਂ ਥੋੜਾ ਜ਼ਮੀਨ ਨਿਕਲ ਗਈ, ਲੱਤਾਂ ਕੰਬਣ ਲੱਗ ਗਈਆਂ ਉਹਦੇ। ਉਹਨੇ ਆਪਣੀ ਜ਼ਬਾਨੀ ਵੀ ਦੱਸਿਆ ਵੀ ਹਾਂ ਮੋਤੀ ਹੈ, ਮੋਤੀ ਉਹਨੂੰ ਪਿਆਰ ਨਾਲ ਕਹਿੰਦੇ, ਬੜਾ ਸੋਹਣਾ ਉਹ ਚਲਾ ਰਿਹਾ ਪਰਪਕਾਰ ਬਹੁਤ ਕਰਦਾ। ਉਹ ਕਹਿੰਦਾ ਵਾਕਈ ਮੈਂ ਲਾਈਨ ਵਿੱਚ ਖੜਾ ਮੰਗਦਾ ਸਾਂ ਸੱਚੇ ਪਾਤਸ਼ਾਹ ਮਹਾਂਪੁਰਖੋ, ਮਾਇਆ ਦੇ ਖੁੱਲੇ ਖੁੱਲੇ ਕੱਪੜੇ ਸੱਟੋ, ਮਾਇਆ ਮਿਲੇ, ਮਾਇਆ ਇੰਨੀ ਖੈਰ ਦੀ ਮਾਇਆ ਆਵੇ। ਕਹਿੰਦੇ ਵਾਕਈ ਮੈਂ ਲਾਈਨ ਵਿੱਚ ਖੜਾ ਇਹੀ ਮੰਗ ਮੰਗੀ ਜਾਂਦਾ ਸੀ, ਪਰ ਮਹਾਂਪੁਰਖਾਂ ਕੋਲ ਜਾ ਕੇ ਹਿੰਮਤ ਨਹੀਂ ਹੋਈ, ਬਸ ਹਿਰਦੇ 'ਚ ਉਹੀ ਚੀਜ਼ ਸੀ ਮਾਇਆ ਦੀ ਮੰਗ, ਮੂੰਹ ਤੋਂ ਮੈਂ ਨਾਮ ਮੰਗੀ ਜਾਂਦਾ ਤੇ ਮਹਾਂਪੁਰਖਾਂ ਨੇ ਸੱਚ ਹੀ ਸੱਚ। ਕਹਿੰਦੇ ਉੱਥੇ ਮਾਇਆ ਮੰਗਦਾ ਸੀ, ਇੱਥੇ ਨਾਮ ਮੰਗਦਾ। ਐਕਟਿੰਗ ਨਾ ਕਰ, ਹਿਰਦੇ 'ਚੋਂ ਨਾਮ ਮੰਗ, ਜੇ ਨਹੀਂ ਮੰਗਿਆ ਜਾਂਦਾ ਤੇ ਆਖ ਮਹਾਰਾਜ ਸਾਡੀ ਜ਼ੁਬਾਨ ਦਾ ਹੀ ਕਿਆ ਪ੍ਰਮਾਣ ਕਰ ਲੋ, ਆਖੋ ਸਤਨਾਮ। ਮਹਾਰਾਜ ਜੇ ਸਾਡਾ ਮਨ ਨਹੀਂ ਮੰਗਦਾ ਨਾ, ਅੰਦਰ ਵਾਲੀ ਜ਼ੁਬਾਨ ਨਹੀਂ ਚੱਲਦੀ, ਅੰਦਰ ਵਾਲੀ ਜ਼ੁਬਾਨ ਨਹੀਂ ਚੱਲਦੀ। ਤੇ ਮਹਾਰਾਜ ਜੋ ਮੈਂ ਮੁੱਖ ਚੋਂ ਕਹਿ ਰਿਹਾ ਗਰੀਬ ਦੀ ਉਸੇ ਜ਼ੁਬਾਨ ਤੇ ਸੱਚੇ ਪਾਤਸ਼ਾਹ ਦੀ ਪ੍ਰਵਾਨਗੀ ਦੇ ਦਿਓ, ਸਾਨੂੰ ਭਜਨ ਬੰਦਗੀ ਵਾਲਾ ਜੀਵਨ ਬਖਸ਼ਿਸ਼ ਕਰੋ।
ਫਿਰ ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ, ਕੁਟਾਨ ਕੁਟਾਨ ਸ਼ੁਕਰਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਔਰ ਮੇਰੇ ਆਦਰਣੀਏ ਮਹਾਂਪੁਰਖਾਂ ਦਾ, ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਦਾ, ਇਹਨਾਂ ਦੇ ਸਾਰੇ ਸੇਵਾਦਾਰ ਸਾਰਿਆਂ ਦੇ ਤਹਿ ਦਿਲੋਂ ਸ਼ੁਕਰਾਨਾ, ਆਪ ਵਰਗੀਆਂ ਸੰਗਤਾਂ ਦਾ, ਰੱਬ ਵਰਗੀ ਸੰਗਤਾਂ ਦਾ, ਸਾਰੇ ਵੀਰਾਂ ਦਾ, ਜਿੰਨੇ ਵੀ ਸੇਵਾਦਾਰ ਲਾਈਵ ਵਾਲੇ ਸਾਊਂਡ ਵਾਲੇ ਸਭ ਦਾ, ਆਏ ਹੋਏ ਮਹਾਂਪੁਰਖਾਂ ਦਾ, ਗੁਣੀ ਗਿਆਨੀਆਂ ਦਾ, ਰੱਬ ਰੂਪੀ ਸੰਗਤਾਂ ਦਾ, ਜਿਨ੍ਹਾਂ ਨੇ ਬੈਠ ਕੇ ਔਗਣ ਹਾਰਿਆਂ ਨੂੰ ਸਰਵਣ ਕੀਤਾ। ਸਾਨੂੰ ਤਾਂ ਕੁਝ ਨਹੀਂ ਆਉਂਦਾ, ਤੁੱਕਾ ਹੀ ਹੈ ਜਿਹੜੀ ਗੱਲ ਆਈ, ਬਸ ਤੁੱਕਾ ਜਾਈਏ। ਇਹ ਤਾਂ ਭੰਡਾਰੇ ਭਰੇ ਪਏ ਮਹਾਂਪੁਰਖਾਂ ਦੇ। ਸੋ ਇਹਨਾਂ ਨੇ ਆਪਣੇ ਬੱਚੇ ਨੂੰ ਨਵਾਜਿਆ, ਇਸੇ ਤਰ੍ਹਾਂ ਚਰਨਾਂ ਨਾਲ ਜੋੜੀ ਰੱਖਣ, ਪ੍ਰੇਮ ਪਿਆਰ ਬਣਿਆ ਰਹੇ, ਆਪ ਹੀ ਨਿਭਾ ਲੈਣ, ਮਹਾਂਪੁਰਖ ਅਸੀਂ ਨਿਭਣ ਵਾਲੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਗੱਜ ਕੇ ਬੁਲਾਓ ਆਨੰਦ ਨਹੀਂ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।